ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਮੀ ਐਂਡ ਹਮੇਸ਼ਾ ਦੀ ਤਰ੍ਹਾਂ ਗੱਲ ਸੁਣਦੇ ਹਾਂ ਜੋ ਵੀ ਸਾਨੂੰ ਯੂ ਨੋ ਆਪਣੀ ਜਗ੍ਹਾ ਆਪਣੀ ਸਿਚੁਏਸ਼ਨ ਦੱਸਦਾ ਹੈ। ਐਂਡ ਅੱਜ ਜਿਹੜੇ ਗੱਲ ਕਰ ਰਹੇ ਹਾਂ, ਮਾਈ ਹਾਰਟ ਗੋਜ਼ ਆਊਟ ਟੂ ਹਰ, ਕਿਉਂਕਿ ਬੜਾ ਵੱਡਾ ਹਾਦਸਾ ਹੋਇਆ ਉਹਨਾਂ ਦੀ ਲਾਈਫ ਵਿੱਚ ਐਂਡ ਸ਼ੇਅਰ ਕਰ ਰਹੇ ਸੀਗੇ ਔਰ ਬੜੀ ਚੜ੍ਹਦੀ ਕਲਾ, ਯੂ ਨੋ ਆਈ ਵਾਜ਼ ਇੰਸਪਾਇਰਡ ਪਹਿਲੇ ਉਹਨਾਂ ਦੀ ਸਟੋਰੀ ਸੁਣ ਕੇ ਕਿ ਬਹੁਤ ਜ਼ਬਰਦਸਤ ਐਕਸੀਡੈਂਟ ਹੋਇਆ ਉਹਨਾਂ ਦਾ। ਦਵੇਸ਼ ਹੀ ਟੋਲ ਮੀ, ਐਕਸੀਡੈਂਟ ਦਾ ਵੀ ਕਿੱਸਾ ਉਹ ਮੈਨੂੰ ਨਹੀਂ ਇੰਨਾ ਸੁਣਾ ਰਹੇ ਸੀ, ਉਹ ਤਾਂ ਗੱਲਾਂ 'ਚੋਂ ਨਿਕਲੀ। ਬਟ ਹਰ ਸਿਚੁਏਸ਼ਨ ਇਸ ਕਿ ਇਸ ਵੇਲੇ ਇੱਕ ਕੋਵਰਕਰ ਹੈ ਜਿਹੜੇ ਕਿ ਬਹੁਤ ਤੰਗ ਕਰ ਰਹੇ ਨੇ, ਯੂ ਨੋ ਇੱਕ ਤਰ੍ਹਾਂ ਦੀ ਹਰਾਸਮੈਂਟ ਕਹਿ ਲਓ, ਬਹੁਤ ਪਰੇਸ਼ਾਨ ਕਰ ਰਹੇ ਨੇ। ਬਟ ਮਾਈ ਸਾਰੀ ਸਿੰਪਥੀ ਗੋਜ਼ ਟੂ ਹਰ, ਬਿਕੋਜ਼ ਹੁਣੇ ਹੀ ਉਹਨਾਂ ਨੇ ਵਾਪਸ ਜੁਆਇਨ ਕੀਤਾ ਆਫਟਰ ਅ ਹਿਊਜ ਐਕਸੀਡੈਂਟ। ਐਂਡ ਕੀ ਦੱਸਦੇ ਨੇ ਕਿ ਬੇਟਾ ਅਤੇ ਇਹ ਵਾਕ ਕਰ ਰਹੇ ਸੀ, ਰੋਡ ਕ੍ਰੋਸ ਕਰ ਰਹੇ ਸੀ ਐਂਡ ਨੈਕਸਟ ਮੂਮੈਂਟ ਸ਼ੀ ਡਜ਼ਨਟ ਨੋ ਕਿ ਕਿੱਥੇ ਗਏ, ਮਤਲਬ ਕੋਈ ਮੈਮਰੀ ਨਹੀਂ ਹੈ, ਕੁਛ ਨਹੀਂ ਹੈ। ਸ਼ੀ ਵਾਜ਼ ਹਿੱਟ ਬਾਏ ਅ ਕਾਰ, ਸੋਰੀ ਟਰੱਕ, ਮਤਲਬ ਵੱਡਾ ਟਰੱਕ ਦੇ ਨਾਲ ਹਿੱਟ ਇਸ ਤਰ੍ਹਾਂ ਨਾਲ ਹੋਏ ਹੈ ਔਰ ਬੇਟਾ ਵੀ ਨਾਲ ਸੀ। ਕਿਸ ਤਰ੍ਹਾਂ ਕੀ ਹੋਇਆ ਕਹਿੰਦੇ ਉਸ ਤੋਂ ਬਾਅਦ ਮੈਨੂੰ ਬਿਲਕੁਲ ਨਹੀਂ ਪਤਾ, ਟਰੱਕ ਆਉਂਦਾ ਦਿਖਿਆ ਅੱਜ ਤੱਕ ਉਹ ਯਾਦ ਵਾਪਸ ਨਹੀਂ ਆਈ। ਐਂਡ ਦੈਨ 2-3 ਡੇਜ਼ ਹੀ ਵਾਜ਼ ਇਨ ਕੋਮਾ, ਮਤਲਬ ਹੋਸ਼ ਨਹੀਂ ਆਈ, ਹੋਸ਼ ਵਿੱਚ ਨਾ ਆਏ ਇਸ ਤਰ੍ਹਾਂ ਨਾਲ ਡਾਕਟਰਸ ਨੇ ਰੱਖਿਆ ਹੋਇਆ ਸੀ। ਐਂਡ ਦੈਨ ਫਾਈਨਲੀ ਬਹੁਤ ਸ਼ੁਕਰ ਵਿੱਚ ਸੀ, ਬਹੁਤ ਗ੍ਰੇਟਫੁਲ ਹੋ ਰਹੇ ਸੀ ਕਿ ਮੇਰੀ ਕੋਈ ਸਰਜਰੀ, ਇਨਸਪਾਈਟ ਆਫ ਸੱਚ ਬਿਗ ਇੰਜਰੀਜ਼, ਕੋਈ ਸਰਜਰੀ ਨਹੀਂ ਹੋਈ 8 ਮਹੀਨੇ 'ਚ, ਪਰ ਕੋਈ ਬੋਨ ਐਸੀ ਵੀ ਨਹੀਂ ਕਿ ਜਿਹੜੀ ਟੁੱਟੀ ਨਾ ਹੋਏ, ਬਹੁਤ ਸਾਰੇ ਫ੍ਰੈਕਚਰਸ ਹੋਏ ਬੋਡੀ ਦੇ ਵਿੱਚ। ਸੋ 8 ਮਹੀਨੇ ਜੋਬ ਤੋਂ ਬਿਨਾਂ ਰਹੇ ਐਂਡ ਹੁਣ 4 ਮਹੀਨੇ ਪਹਿਲੇ 8 ਮਹੀਨੇ ਤੋਂ ਬਾਅਦ ਵਾਪਸ ਜੁਆਇਨ ਕੀਤਾ। ਪਹਿਲੇ 2 ਕੁ ਮਹੀਨੇ ਉਹਨਾਂ ਨੇ ਯੂ ਨੋ ਪਾਰਟ ਟਾਈਮ ਜੁਆਇਨ ਕੀਤਾ, ਫਿਰ ਹੁਣ ਫੁੱਲ ਟਾਈਮ ਜੁਆਇਨ ਕੀਤਾ ਹੋਇਆ। ਬਟ ਵਟ ਸ਼ੀ ਸੇਜ਼ ਇਜ਼ ਕਿ, ਔਰ ਜਿਸ ਤਰ੍ਹਾਂ ਮੈਂ ਕਹਿ ਰਹੀ ਹਾਂ ਤੁਹਾਨੂੰ ਕਿ ਬੜੀ ਹਾਈ ਸਪਿਰਿਟਸ ਵਿੱਚ ਗੱਲਾਂ ਕਰਨੀਆਂ ਔਰ ਜੋ ਸ਼ੁਕਰਾਨੇ ਦੇ ਵਿੱਚ ਲੱਗ ਰਹੇ ਸੀ ਕਿ ਮੇਰਾ ਬੇਟਾ ਨਾਲ ਸੀ, ਅਤੇ ਮੇਰਾ ਇਹੀ ਸ਼ੁਕਰ ਹੈ ਕਿ 15 ਸਾਲ ਦਾ ਬੇਟਾ ਸੀ ਅਤੇ ਉਹ ਸਟੈਪ ਅਵੇ ਸੀ, ਜਸਟ ਕਪਲ ਆਫ ਜਿਵੇਂ ਕਦਮ ਪਿੱਛੇ ਸੀਗਾ, ਅਤੇ ਕਹਿੰਦੇ ਨੇ ਕਿ ਸ਼ੁਕਰ ਹੈ ਉਹਨੂੰ ਨਹੀਂ ਲੱਗੀ। ਯੂ ਨੋ ਬਈ ਮੈਂ ਵੀ ਪੇਰੈਂਟ ਹਾਂ, ਮੈਨੂੰ ਕਹਿ ਰਹੇ ਸੀ ਕਿ ਤੁਸੀਂ ਵੀ ਪੇਰੈਂਟ ਹੋ ਅਤੇ ਤੁਸੀਂ ਵੀ ਸਮਝ ਸਕਦੇ ਹੋ ਕਿ ਮੇਰਾ ਦਿਮਾਗ ਬਸ ਇਹਦਾ ਹੀ ਇੰਨਾ ਸ਼ੁਕਰ ਕਰਦਾ ਕਿ ਸ਼ੁਕਰ ਹੈ ਉਹਨੂੰ ਨਹੀਂ ਲੱਗੀ। ਬਟ ਚਲੋ ਦੈਟਸ ਪਾਰਟ ਆਫ ਇਟ, ਕਿ ਬੜਾ ਔਖਾ ਟਾਈਮ ਮੈਂ ਉਹ ਨਿਕਾਲ ਲਿਆ, ਹਾਲੇ ਵੀ ਯੂ ਨੋ ਦੇਰ ਆਰ ਦਿਸ ਹੀਲਿੰਗ ਜਿਹੜੀ ਕਿ ਹੋ ਰਹੀ ਹੈ। ਬਟ ਸਟਿਲ ਮੈਂ ਵਾਪਸ ਜੋਬ 'ਤੇ ਚਲੀ ਗਈ ਹਾਂ, ਪਰ ਜੋਬ ਦੇ ਵਿੱਚ ਇੱਕੋ ਵਰਕਰ ਹੈ ਜਿਹਦਾ ਮੈਂ ਇਹ ਸ਼ੇਅਰ ਕਰਦੇ ਨੇ ਕੰਮ, ਉਹ ਬਹੁਤ ਜ਼ਿਆਦਾ ਪਹਿਲੇ ਵੀ ਕਹਿੰਦੇ ਕਦੀ ਅੱਛੀ ਨਹੀਂ ਸੀਗੀ, ਪਰ ਇੰਨਾ ਕਦੀ ਮੈਂ ਧਿਆਨ ਨਹੀਂ ਦਿੱਤਾ ਸੀ ਕਿ ਉਹ ਇੰਨੀ ਜ਼ਿਆਦਾ ਨੈਸਟੀ ਹੈ। ਹੁਣ ਉਹ ਮੇਕ ਸ਼ੋਰ ਕਰ ਰਹੀ ਹੈ ਕਿ ਮੇਰੇ ਵਾਸਤੇ ਪੰਗਾ ਪਏ, ਮੇਰੇ ਵਾਸਤੇ ਕੋਈ ਪ੍ਰੋਬਲਮਸ ਆਉਣ, ਔਰ ਇੰਨੀ ਖਿਜੀ ਹੋਈ ਹੈ ਮੇਰੇ ਤੋਂ ਕਿ ਮੈਂ ਸਮਝਦੀ ਹਾਂ ਕਹਿੰਦੇ ਕਿ ਥੋੜ੍ਹਾ ਜਿਹਾ ਉਹਦਾ ਵੀ, ਉਹ ਵੀ ਆਪਣੀ ਜਗ੍ਹਾ ਸੱਚੀ ਹੈ, ਕਿਉਂਕਿ 8 ਮਹੀਨੇ ਕੰਪਨੀ ਨੇ ਇਹਨਾਂ ਦੀ ਜਗ੍ਹਾ ਕਿਸੇ ਨੂੰ ਰੱਖਿਆ ਹੀ ਨਹੀਂ। ਸੋ ਸ਼ੀ ਵਾਜ਼ ਓਵਰਲੋਡਡ ਵਿਦ ਵਰਕ, ਇਹਨਾਂ ਦਾ ਕੰਮ ਵੀ ਕਾਫੀ ਹੱਦ ਤੱਕ ਉਹਨਾਂ ਨੂੰ ਕਰਨਾ ਪਿਆ। ਫਿਰ ਕੁਛ ਮਹੀਨਿਆਂ ਬਾਅਦ ਇਹਨਾਂ ਨੇ ਥੋੜ੍ਹਾ ਘਰੋਂ ਵੀ ਕਰਨਾ ਸ਼ੁਰੂ ਕਰਤਾ, ਹੈਲਪ ਕਰਨੀ ਸ਼ੁਰੂ ਕਰਤੀ, ਬਟ ਸਟਿਲ ਉਹਦੇ ਉੱਤੇ ਜ਼ਿਆਦਾ ਭਾਰ ਪਿਆ। ਬਟ ਰਾਈਟ ਨਾਓ ਕਹਿੰਦੇ ਕਿ ਸ਼ੀ ਮੇਕਸ ਸ਼ੋਰ ਕਿ ਮੇਰੇ ਵਾਸਤੇ ਕੁਛ ਨਾ ਕੁਛ ਇਸ਼ੂ ਹੋ ਜਾਏ, ਲਾਈਕ ਇੰਨੀ ਜ਼ਿਆਦਾ ਨਫ਼ਰਤ ਊਜ਼ ਆਊਟ ਕਰ ਰਹੀ ਹੈ ਉਹਦੇ ਤੋਂ। ਰਾਦਰ ਦੈਨ ਮੈਂ ਸੋਚਿਆ ਸੀ ਕਿ ਉਹ ਬਿਲਕੁਲ ਮਤਲਬ ਫਰਕ ਪੈ ਜਾਏਗਾ, ਜਿੰਨਾ ਕੁ ਥੋੜ੍ਹੀ ਜਿਹੀ ਇਸ ਤਰ੍ਹਾਂ ਦੀ ਸੀਗੀ ਔਰ ਰੂਡ ਔਰ ਐਰੋਗੈਂਟ, ਆਪਣੇ ਮਤਲਬ ਦੀ ਸੈਲਫਿਸ਼, ਉਹ ਠੀਕ ਹੋ ਕੇ ਹੋਏਗੀ, ਕਿਉਂਕਿ ਇੰਨਾ ਮੈਨੂੰ ਸਾਰੇ ਵੱਲੋਂ ਇੰਨੀ ਸਪੋਰਟ ਮਿਲੀ ਹੈ, ਆਫਿਸ ਵੱਲੋਂ, ਘਰੋਂ, ਫਰੈਂਡਸ ਵੱਲੋਂ, ਸਾਰਿਆਂ ਨੇ ਮਤਲਬ ਇੰਨਾ ਮੈਂ ਦੇਖਿਆ ਕਿ ਦਿਸ ਵਾਜ਼ ਦ ਟਾਈਮ ਟੂ ਰਿਅਲਾਈਜ਼ ਕਿ ਆਈ ਹੈਵ ਸੱਚ ਗੁੱਡ ਸਪੋਰਟ ਸਿਸਟਮ। ਬਟ ਇਹ ਕਿਉਂਕਿ ਬਿਲਕੁਲ ਇਮੀਜੀਏਟ ਮੇਰੇ ਨਾਲ ਇਹਦਾ ਯੂ ਨੋ ਨਾਤਾ ਹੈਗਾ, ਰੋਜ਼ ਦੇ 8 ਘੰਟੇ ਮੈਂ ਬਿਤਾਉਣੇ ਆ ਉਹਦੇ ਨਾਲ, ਇਹ ਮੈਨੂੰ ਇੰਨਾ ਪਰੇਸ਼ਾਨ ਕਰ ਰਹੀ ਹੈ। ਸੋ ਮੇਰੀ ਜਿਵੇਂ ਬਹੁਤ ਜ਼ਿਆਦਾ ਮੈਂ ਆਉਂਦੀ ਹਾਂ ਤਾਂ ਮੈਂ ਇੰਨੀ ਐਗਜ਼ੋਸਟਿਡ ਹੁੰਦੀ ਹਾਂ, ਨੋਟ ਓਨਲੀ ਫਿਜ਼ੀਕਲੀ ਪਰ ਮੈਂ ਮੈਂਟਲੀ ਬਹੁਤ ਐਗਜ਼ੋਸਟਿਡ ਹੁੰਦੀ ਹਾਂ, ਬਿਕੋਜ਼ ਆਈ ਹੈਵ ਟੂ ਵਰਕ ਵਿਦ ਹਰ। ਮੈਂ ਸਵੇਰੇ ਉੱਠਦੀ ਹਾਂ ਅਤੇ ਮੇਰੇ ਦਿਮਾਗ 'ਚ ਇਹ ਹੁੰਦਾ ਕਿ ਫਿਰ ਉਹਦੇ ਨਾਲ ਹੀ ਕੰਮ ਕਰਨ ਜਾਣਾ ਹੈ, ਅਤੇ ਮੇਰਾ ਮਤਲਬ ਇੱਕ ਨਾ ਅਜੀਬ ਜਿਹਾ ਸਵੇਰੇ ਉਹ ਹੋ ਜਾਂਦਾ ਕਿ ਜਦਕਿ ਮੈਂ ਐਕਸੀਡੈਂਟ 'ਚ ਕਰ ਸਕੀ ਤਾਂ ਮੈਂ ਸਵੇਰੇ ਇੰਨਾ ਆਪਣਾ ਪਰੇਸ਼ਾਨ ਨਹੀਂ ਹੁੰਦੀ ਸੀ ਜਿੰਨੀ ਹੁਣ ਮੈਂ ਪਰੇਸ਼ਾਨ ਹੁੰਦੀ ਹਾਂ ਕਿ ਆਈ ਹੈਵ ਟੂ ਵਰਕ ਵਿਦ ਹਰ।
ਸੋ ਸੁਪਰਵਾਈਜ਼ਰ ਜਿਹੜੇ ਇਹਨਾਂ ਦੇ ਉੱਪਰ ਹੈਗੇ ਨੇ ਉਹਨਾਂ ਨੂੰ ਵੀ ਥੋੜ੍ਹਾ ਹਿੰਟ ਦੇ ਚੁੱਕੇ ਨੇ ਕਿ ਇੰਜ ਕਰ ਰਹੀ ਹੈ, ਔਰ ਉਹਨਾਂ ਨੂੰ ਵੀ ਦਿਖ ਰਿਹਾ ਕਿ ਦੇਅਰ ਆਰ ਇਸ਼ੂਜ਼, ਬਟ ਸ਼ੀ ਹੀ ਸੇਜ਼ ਕਿ ਬਹੁਤ ਆਪਣੇ ਕੰਮ ਵਿੱਚ ਉਹ ਬੜੀ ਅੱਛੀ ਹੈ. ਸੋ ਯੂ ਨੋ ਉਹ ਵੀ ਉਹਨਾਂ ਕੋਲ ਵੈਸੇ ਹੀ ਇਸ ਤਰ੍ਹਾਂ ਦਾ ਕੋਈ ਹੈਗਾ ਹੈ ਇਹਨਾਂ ਦਾ ਜਿਹੜਾ ਕਿ ਨਹੀਂ ਬਹੁਤੇ ਬੰਦੇ ਮਿਲਦੇ. ਸੋ ਪਹਿਲੇ ਇੰਨੀ ਦੇਰ ਉਹਨਾਂ ਨੇ ਨਹੀਂ ਲਿਆ. ਸੋ ਕੰਮ ਵਿੱਚ ਉਹ ਆਪਣੀ ਠੀਕ ਹੈਗੀ ਹੈ, ਇਸ ਪਿੱਛੇ ਉਹ ਵੀ ਕੁਛ ਨਹੀਂ ਕਹਿੰਦਾ, ਪਰ ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰਾਂ, ਮੈਨੂੰ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ, ਕਿਸ ਤਰ੍ਹਾਂ ਉਹ ਨੈਗੇਟਿਵਿਟੀ ਹਰ ਵੇਲੇ ਕੌਂਸਟੈਂਟ ਜਿਹੜੀ ਮੇਰੇ ਨਾਲ ਬੈਠੀ ਹੈ ਉਹਨੂੰ ਮੈਨੂੰ ਪੋਜ਼ਿਟਿਵ ਕਰਨ 'ਚ ਕੀ ਚੀਜ਼ਾਂ ਕਰਨੀਆਂ ਚਾਹੀਦੀਆਂ, ਔਰ ਯੂ ਨੋ ਮੈਂ ਇਸ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਾਂ, ਕਿਉਂਕਿ ਮੈਂ ਕਹਿੰਦੇ ਹਨ ਕਿ ਬੜਾ ਔਖਾ ਟਾਈਮ ਕੱਢ ਲਿਆ ਅਤੇ ਹੁਣ ਜਿਹੜਾ ਕਿ ਠੀਕ ਹੋਣਾ ਸੀ, ਜਿਹੜਾ ਮੈਂ ਐਕਸਪੈਕਟ ਨਹੀਂ ਕਰ ਰਹੀ ਸੀ ਕਿ ਇੰਜ ਹੋਏਗਾ, ਉਹ ਮੈਨੂੰ ਪਰੇਸ਼ਾਨ ਕਰ ਰਿਹਾ. ਸੋ ਜ਼ਰੂਰ ਇਹਨਾਂ ਨਾਲ ਗੱਲ ਕਰੋ, ਕਾਲ ਕਰੋ, ਔਰ ਇਹਨਾਂ ਨਾਲ ਗੱਲ ਜ਼ਰੂਰ ਕਰੋ ਕਿ ਕੀ ਹੋ ਸਕਦਾ, ਔਰ ਅਸੀਂ ਸਾਰੇ ਇਸ ਚੀਜ਼ ਨਾਲ ਰਿਲੇਟ ਵੀ ਕਰ ਸਕਦੇ ਹਾਂ ਕਿ ਕਦੀ ਕੋਵਰਕਰਸ, ਕਦੀ ਯੂ ਨੋ ਫਰੈਂਡਸ ਐਂਡ ਫੈਮਿਲੀ ਦੇ ਵਿੱਚੋਂ ਜਿਨ੍ਹਾਂ ਨੂੰ ਸਾਡੀ ਚੋਇਸ ਨਹੀਂ ਹੈਗੀ ਕਿ ਹਾਂਜੀ ਅੱਛਾ ਠੀਕ ਹੈ ਅਗਰ ਤੁਸੀਂ ਇੰਜ ਕਰ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਡੀਲ ਹੀ ਨਹੀਂ ਕਰਨਾ, ਆਈ ਕੈਨ ਈਜ਼ੀਲੀ ਅਵੋਇਡ ਯੂ. ਜਿਹੜੇ ਬੜੇ ਬੰਦੇ ਐਸੇ ਹੋਣਗੇ ਜਿਹੜੇ ਤੁਸੀਂ ਈਜ਼ੀਲੀ ਅਵੋਇਡ ਨਹੀਂ ਕਰ ਸਕਦੇ, ਉਹਨਾਂ ਨਾਲ ਤੁਹਾਨੂੰ ਨਾਤਾ ਰੱਖਣਾ ਹੀ ਪੈਂਦਾ ਹੈ, ਪਰ ਉਹ ਨੈਗੇਟਿਵ ਨੇ, ਉਹ ਇੰਨੇ ਨੈਗੇਟਿਵ ਨੇ ਜਾਂ ਤੁਹਾਡੇ ਤੋਂ ਖਾਰ ਖਾਂਦੇ ਨੇ ਜਾਂ ਤੁਹਾਡੇ ਤੋਂ ਤੁਹਾਨੂੰ ਪਰੇਸ਼ਾਨ ਕਰਦੇ ਨੇ, ਇਹ ਬੜੀ ਯੂ ਨੋ ਕਾਮਨ ਗੱਲ ਹੈ. ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਵਿੱਚ ਖੁਦ ਕੀ ਕਰੋ, ਇਸ ਚੀਜ਼ ਦੀਆਂ ਅੱਜ ਗੱਲਾਂ ਹੋਣਗੀਆਂ. ਸੋ ਪਲੀਜ਼ ਜ਼ਰੂਰ ਕਾਲ ਕਰਕੇ ਇਹਨਾਂ ਨਾਲ ਗੱਲ ਕਰੋ. ਲੈਟਸ ਸੀ ਸਾਰੇ ਕੀ ਕਹਿੰਦੇ ਨੇ, ਕਿਉਂਕਿ ਸਟ੍ਰੈਸ ਜਿਵੇਂ ਦੱਸ ਰਹੇ ਨੇ ਯੂ ਨੋ ਸ਼ੀ ਇਜ਼ ਇਨ ਹਰ 40s ਐਂਡ ਸਟ੍ਰੈਸ ਕਿਸੇ ਵੀ ਏਜ ਵਿੱਚ ਜ਼ਿਆਦਾ ਅੱਛਾ ਨਹੀਂ ਹੈ, ਪਰ ਸਪੈਸ਼ਲੀ ਅਗਰ ਕੋਈ ਅਸੀਂ ਕਹਿੰਦੇ ਨੇ ਕਿ ਯੂ ਨੋ ਥੋੜ੍ਹੀ ਦੇਰ ਲਿਆ ਸਟ੍ਰੈਸ ਫਿਰ ਉਸ ਤੋਂ ਨਿਕਲ ਗਏ, ਪਰ 8 ਘੰਟੇ ਰੋਜ਼ ਦੇ, 40 ਘੰਟੇ ਹਫ਼ਤੇ ਦੇ, ਇਸ ਆਰ ਲੋਟ ਆਫ ਟਾਈਮ ਯੂ ਨੋ ਆਫ ਯੂ ਵੇਕਿੰਗ ਆਰਸ, ਲਾਈਕ ਪੂਰੇ ਜਿਹੜੇ ਜਾਗਣ ਵਾਲੇ ਸਾਡੇ ਘੰਟੇ ਆ ਉਹਦੇ ਬੜੇ ਸਾਰੇ ਘੰਟੇ ਤੁਹਾਡੇ ਆਫਿਸ ਵਿੱਚ ਨਿਕਲਦੇ ਨੇ. ਸੋ ਅਗਰ ਕੋਈ ਐਸਾ ਬੰਦਾ ਹੈ ਜਿਹੜਾ ਕੌਂਸਟੈਂਟਲੀ ਤੁਹਾਨੂੰ ਅਨੋਏ ਕਰ ਰਿਹਾ ਹੈ ਜਾਂ ਯੂ ਨੋ ਪਰੇਸ਼ਾਨ ਕਰ ਰਿਹਾ ਹੈ ਤੁਹਾਡੇ, ਕਹਿੰਦੇ ਨੇ ਸ਼ੀ ਇਜ਼ ਮੇਕਿੰਗ ਮਾਈ ਲਾਈਫ ਹੈਲ. ਸੋ ਬੜੀਆਂ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਕਿ ਉਹ ਕਰ ਰਹੇ ਨੇ, ਅਤੇ ਉਹ ਹਰ ਵੇਲੇ ਉਸ 'ਚੋਂ ਰਹਿਣਾ, ਉਸ ਸਟ੍ਰੈਸ ਦੇ ਵਿੱਚ ਰਹਿਣਾ, ਇਟਸ ਨੋਟ ਹੈਲਦੀ. ਸੋ ਉਹਦੇ 'ਚੋਂ ਕੀ ਕਿਵੇਂ ਨਿਕਲਿਆ ਜਾਏ, ਕੀ ਉਹਦਾ ਐਟੀਟਿਊਡ ਬਦਲਣ ਦੀ ਲੋੜ ਹੈ, ਉਹ ਕਿਸ ਤਰ੍ਹਾਂ ਚੇਂਜ, ਕੋਈ ਪੋਜ਼ਿਟਿਵ ਚੇਂਜ ਹੋ ਸਕਦਾ ਹੈ, ਕੀ ਤੁਹਾਡਾ ਖਿਆਲ ਹੈ, ਜ਼ਰੂਰ ਜ਼ਰੂਰ ਕਾਲ ਕਰੋ. ਐਂਡ ਜ਼ਰੂਰੀ ਨਹੀਂ ਹੈ, ਕਈ ਵਾਰੀ ਅਸੀਂ ਸੋਚਦੇ ਹਾਂ ਤਾਂ ਵਰਕ ਸਿਚੁਏਸ਼ਨ ਹੈ, ਤਾਂ ਆਫਿਸ ਦੀ ਗੱਲ ਹੈ ਅਤੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਆਫਿਸ ਸਿਚੁਏਸ਼ਨ 'ਚ ਕੰਮ ਨਹੀਂ ਕੀਤਾ ਹੋਇਆ. ਬਟ ਉਹੀ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਬੜੇ ਸਾਰੇ ਬੰਦੇ ਸਾਡੇ ਕੰਟੈਕਟ 'ਚ ਆਉਂਦੇ ਨੇ ਜਿਹੜੇ ਕਿ ਕਿਸੇ ਵੀ ਰੂਪ 'ਚ ਆ ਸਕਦੇ, ਭਾਵੇਂ ਉਹ ਕੋਵਰਕਰ ਹੋਏ, ਫਰੈਂਡ, ਫੈਮਿਲੀ, ਨੇਬਰ, ਕੋਈ ਵੀ ਹੋ ਸਕਦਾ ਹੈ. ਸੋ ਇਨ ਸੱਚ ਅ ਸਿਚੁਏਸ਼ਨ ਤੁਸੀਂ ਕੀ ਕਰ ਸਕਦੇ ਹੋ, ਕੀ ਕਰਨਾ ਚਾਹੀਦਾ, ਇਹਦੇ ਬਾਰੇ ਗੱਲ ਹੋਏਗੀ. ਲੈਟਸ ਸੀ ਸਾਰੇ ਕੀ ਕਹਿੰਦੇ ਨੇ, ਜ਼ਰੂਰ ਕਾਲ ਕਰੋ, ਮੈਂ ਪਹਿਲੇ ਇਹਨਾਂ ਨੂੰ ਪੁੱਛ ਲੈਂਦੀ ਹਾਂ. ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਅਰਮਨ ਜੀ. ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਕਾਲਿੰਗ ਜਸਪ੍ਰੀਤ ਜੀ. ਦੱਸੋ ਕੀ ਕਹਿੰਦੇ ਹੋ ਅੱਜ? ਥੈਂਕ ਯੂ ਜੀ, ਤੁਸੀਂ ਸਹੀ ਕਹਿੰਦੇ ਹੋ, ਕਿਸੇ ਰੂਪ ਦੇ ਵਿੱਚ ਹੋ ਸਕਦਾ, ਤੁਸੀਂ ਇਨਕਾਊਂਟਰ ਕਰ ਸਕਦੇ ਹੋ. ਜੀ ਬਿਲਕੁਲ. ਤੇ ਐਕਚੁਅਲੀ ਸਾਨੂੰ ਪਤਾ ਨਹੀਂ ਰਾਈਟ ਨਾਓ ਇਹਦਾ ਕਿਉਂ, ਉਹਦੇ ਕਾਰਨ ਕੀ ਹੋ ਸਕਦੇ ਹੈ, ਕੀ ਜੋ ਇਹਨਾਂ ਦਾ ਸਮਝਣਾ ਹੈ ਜਸਪ੍ਰੀਤ, ਉਹ ਇਹੀ ਹੈ ਕਿ ਸ਼ੀ ਵਾਜ਼ ਓਵਰਵਰਕਡ ਇਨ ਹਰ ਐਬਸੈਂਸ ਐਂਡ ਸ਼ੀ ਇਜ਼ ਬੇਸਿਕਲੀ, ਕਹਿੰਦੇ ਨੇ ਪਹਿਲੇ ਵੀ ਐਨਸੀ, ਪਰ ਮੈਂ ਇੰਨਾ ਕਦੀ ਯੂ ਨੋ ਉਸ ਵੱਲ ਧਿਆਨ ਨਹੀਂ ਦਿੱਤਾ ਕਿ ਇੰਜੀ ਉਹਦਾ ਐਟੀਟਿਊਡ ਸੀ. ਸ਼ੀ ਇਜ਼ ਬੇਸਿਕਲੀ ਅ ਵੈਰੀ ਡਰਾਈ ਪਰਸਨ, ਲੈਕਿੰਗ ਲਵ, ਇਹਨਾਂ ਦਾ ਇਹੀ ਹੈ. ਮੈਂ ਵੀ ਇਹੀ ਐਗਜੈਕਟਲੀ ਇਹੀ ਸਵਾਲ ਸੀ ਮੇਰਾ ਵੀ, ਤੁਹਾਨੂੰ ਕੀ ਲੱਗਦਾ ਕਿਉਂ ਕਰ ਰਹੀ ਹੈ ਇੰਜ? ਸੋ ਉਹ ਕਹਿੰਦੇ ਨੇ ਕਿ ਸ਼ੀ ਇਜ਼ ਬੇਸਿਕਲੀ ਲਾਈਕ ਦੈਟ, ਜੋ ਉਹਨਾਂ ਦੇ ਬਾਰੇ ਉਹਨਾਂ ਨੇ ਮੈਨੂੰ ਦੱਸਿਆ. ਮੇਰੀ ਵੀ ਇਹੀ ਰੀਡਿੰਗ ਹੈ ਕਿ ਕਈ ਬੰਦੇ ਹੁੰਦੇ ਹੈ ਕਿ ਲਾਈਫ ਵਿੱਚ ਆਪਣੇ ਪਿਆਰ ਦੀ ਕਮੀ ਹੋਏ, ਕੁਛ ਹੋਏ, ਉਹ ਯੂ ਨੋ ਰਿਫਲੈਕਟ ਕਰਦੀ ਉਹਨਾਂ ਦੇ ਕੰਮ ਦੇ ਉੱਤੇ ਔਰ ਹਰ ਚੀਜ਼ ਦੇ ਉੱਤੇ. ਰਾਈਟ, ਕੁਛ ਤਾਂ ਹੈਗਾ. ਸੋ ਮੈਂ ਤਾਂ ਕਹਾਂਗੀ ਇਹਨਾਂ ਨੂੰ ਜਿੰਨਾ ਇਹ ਨਾਈਸ ਹੋ ਸਕਦੇ ਆ ਨਾ ਉਹਦੇ ਨਾਲ, ਤੇ ਕਮਿਊਨੀਕੇਸ਼ਨ ਮੇ ਵੀ ਉਹਦੇ ਨਾਲ ਗੱਲ ਕਰ ਸਕਦੇ ਆ, ਕੀ ਹੋ ਸਕਦਾ, ਕਿਸ ਤਰ੍ਹਾਂ ਇਹ ਬੈਟਰ ਵਰਕ ਕਰ ਸਕਦੇ ਆ, ਜੀ ਕਿਸ ਤਰ੍ਹਾਂ ਯੂ ਨੋ ਉਹਦੀ ਮਦਦ ਹੋਰ ਹੋ ਸਕਦੀ ਆ, ਜਿੰਨਾ ਗੋ ਅਬਵ ਐਂਡ ਬਿਯੋਂਡ ਜਿੰਨਾ ਇਹ ਹੁਣ ਕਰ ਰਹੇ ਆ ਉਹਦੇ ਲਈ ਜਿੰਨਾ ਕਰ ਸਕਦੇ ਆ ਨਾ, ਤੇ ਬੈਟਰ ਵਰਕ ਕਰ ਸਕਦੇ ਆ, ਉਹਦੀ ਬਹੁਤ ਮਦਦ ਕਰਨ, ਤੇ ਯੂ ਨੋ ਹਰ ਪਾਸਿਓਂ ਤੋਂ
ਤੇ ਦੇਖਣ ਜੇ ਉਹਦੇ ਚ ਕੋਈ ਏਦਾਂ ਬਦਲਾਵ ਆਏਗਾ ਤੇ, ਪਰ ਤੁਸੀਂ ਕਹਿੰਦੇ ਹੋ ਸੁਪਰਵਾਈਜ਼ਰ ਨਾਲ ਵੀ ਗੱਲ ਹੋਈ ਹੈ, ਪਰ ਜੇ ਉਹ ਕੰਮ ਅੱਛਾ ਕਰਦੀ ਹੈ ਤੇ ਸੁਪਰਵਾਈਜ਼ਰ ਫੇਰ ਜ਼ਿਆਦਾ ਕੁਛ ਆਈ ਡੋਂਟ ਨੋ ਉਹ ਕੀ ਕਰ ਸਕਦੇ ਆ, ਯੂ ਨੋ ਉਹ ਜੇ ਕੰਟੀਨਿਊ ਕਰੇਗਾ, ਪਰ ਪਹਿਲਾਂ ਇਸ ਤਰ੍ਹਾਂ ਕੁਛ ਮਹੀਨੇ ਕੁਛ ਟਾਈਮ ਲਈ ਇਸ ਤਰ੍ਹਾਂ ਕਰਕੇ ਦੇਖਣ। ਠੀਕ ਹੈ ਜਸਪ੍ਰੀਤ, ਲੈਟਸ ਸੀ। ਹੋਰ ਸਾਰੇ ਵੀ ਉਂਝ ਵੀ ਸੋਚਿਓ ਕਿ ਕੁਛ ਇਸ ਤਰ੍ਹਾਂ ਦਾ ਬੰਦਾ ਜਿਹੜਾ ਆਪਣੇ ਨੇੜੇ ਹੋਏ ਉਹਦੇ ਨਾਲ ਕਿਸ ਤਰ੍ਹਾਂ ਦਾ ਯੂ ਨੋ ਸ਼ੇਅਰ ਅਗੇਨ ਇਫ ਯੂ ਗੈਟ ਅ ਚਾਂਸ, ਕਿਉਂਕਿ ਡਿਊਰਿੰਗ ਦ ਡਿਸਕਸ਼ਨ ਕਈ ਵਾਰੀ ਬੜੀ ਸਾਰੀਆਂ ਚੀਜ਼ਾਂ ਸਾਨੂੰ ਧਿਆਨ ਆਉਂਦੀਆਂ। ਸੋ ਬਹੁਤ ਵਧੀਆ ਸਾਰੇ, ਤੁਸੀਂ ਵੀ ਕਾਲ ਜ਼ਰੂਰ ਕਰੋ। ਮੈਂ ਲੈਂਦੀ ਹਾਂ ਇੱਕ ਛੋਟੀ ਜਿਹੀ ਬ੍ਰੇਕ। ਸਾਰਿਆਂ ਦਾ ਫਿਰ ਸਵਾਗਤ ਹੈ। ਇੱਕ ਭੈਣ ਸਾਡੀ ਜਿਹੜੀ ਕਿ ਬਹੁਤ ਮਾੜੇ ਐਕਸੀਡੈਂਟ ਤੋਂ ਰਿਕਵਰ ਕੀਤੀ ਹੈ, ਵਾਪਸ ਕੰਮ 'ਤੇ ਗਈ ਹੈ ਔਰ ਇੱਕ ਕੋਵਰਕਰ ਦੀ ਕਰਕੇ ਬਹੁਤ ਪਰੇਸ਼ਾਨ ਹੈ। ਪੁੱਛ ਰਹੇ ਹੈ ਸਭ ਨੂੰ ਕਿ ਕੀ ਕਰਾਂ, ਮਤਲਬ ਇੰਝ ਲੱਗਦਾ ਕਿ ਛੁੱਟੀ ਲੈ ਲਾਂ, ਹੋਰ ਛੁੱਟੀ ਲੈ ਲਾਂ, ਹੋ ਨਹੀਂ ਸਕਦਾ, ਉਹ ਫਾਈਨੈਂਸ਼ੀਅਲ ਨੀਡਸ ਵੀ ਐਸੀਆਂ। ਬਟ ਸਮਹਾਓ ਉਹਨਾਂ ਨਾਲ ਗੱਲ ਕਰਦੇ ਮੈਨੂੰ ਲੱਗਿਆ ਕਿ ਬੜੀ ਚੜ੍ਹਦੀ ਕਲਾ ਰਹੀ ਹੈ ਉਹਨਾਂ ਦੀ ਪਿਛਲੇ ਕੁਛ ਮਹੀਨਿਆਂ ਦੇ ਵਿੱਚ, ਉਹਨਾਂ ਨੇ ਫਾਈਟ ਕੀਤਾ ਇਸ ਚੀਜ਼ ਨੂੰ। ਬਟ ਬੜੀ ਪ੍ਰੈਸ਼ੀਅਸ ਹੁੰਦੀ ਹੈ ਐਨਰਜੀ, ਯੂ ਨੋ ਕਈ ਵਾਰੀ ਅਸੀਂ ਜਦੋਂ ਸਾਡਾ ਐਡਰੀਨਲ ਇੱਕ ਤਰ੍ਹਾਂ ਨਾਲ ਰਸ਼ ਜਿਹੜਾ ਸਾਡੀ ਯੂ ਨੋ ਹੁੰਦਾ ਹੈ, ਜਦੋਂ ਕਹਿੰਦੇ ਨਾ ਫਾਈਟ ਐਂਡ ਫਲਾਈਟ ਜਾਂ ਰਿਸਪੋਂਸ ਜਿਹੜਾ ਸਾਡਾ ਉਹ ਇੱਕਦਮ ਸਾਨੂੰ ਕੁਛ ਕਰਾ ਦਿੰਦਾ, ਬਾਅਦ 'ਚ ਅਸੀਂ ਖੁਦ ਵੀ ਨਹੀਂ ਸਮਝਦੇ ਕਿ ਇਸ ਤਰ੍ਹਾਂ ਅਸੀਂ ਕੀਤਾ। ਸੋ ਉਸ ਦੇ ਵਿੱਚ ਐਨਰਜੀ ਬੜੀ ਲੱਗਦੀ ਹੈ। ਸੋ ਵਟ ਮਾਈ ਕੰਸਰਨ ਵਾਜ਼ ਕਿ ਉਹ ਸਾਰਾ ਕੁਛ ਹੋ ਗਿਆ ਔਖਾ ਟਾਈਮ, ਨਾਓ ਐਨਰਜੀ ਜਿਹੜੀ ਹੈ ਉਹ ਸੈਂਸਿਟਿਵ ਹੈ ਔਰ ਥੋੜ੍ਹੀ ਹੈ, ਫਿਜ਼ੀਕਲ ਐਨਰਜੀ ਵੀ ਬਹੁਤ ਮੈਨੇ ਰੱਖਦੀ ਹੈ, ਤੁਹਾਡੀ ਮੈਂਟਲ ਐਨਰਜੀ ਕੀ ਕਹਿ ਰਹੀ ਹੈ, ਕਿਉਂਕਿ ਜਦੋਂ ਇੰਨੀਆਂ ਉਹਨਾਂ ਨੇ ਦੱਸਿਆ ਕਿ ਇੰਨੇ ਸਾਰੇ ਫ੍ਰੈਕਚਰਸ ਹੋਏ ਉਹਨਾਂ ਦੇ ਔਰ ਹੀਲ ਕਰ ਰਹੇ ਨੇ ਵਾਪਸ ਕੰਮ 'ਤੇ, ਚੰਗੇ ਭਲੇ ਬੰਦੇ ਨੂੰ ਇੰਨੇ ਦੇਰ ਬਾਅਦ ਜਾਣਾ ਬੜਾ ਔਖਾ ਹੈ। ਸੋ ਕਹਿਣ ਦਾ ਭਾਵ ਹੈ ਕਿ ਐਨਰਜੀ ਜਿਹੜੀ ਹੈ ਉਹ ਬੜੀ ਪ੍ਰੈਸ਼ੀਅਸ ਹੈ, ਉਹ ਐਨਰਜੀ ਕਿਸੇ ਦੀ ਅਨੋਇੰਸ ਨਾਲ ਫਾਈਟ ਕਰਦਿਆਂ ਜਾਂ ਕੋਈ ਕੋਵਰਕਰ ਦੀਆਂ ਯੂ ਨੋ ਅਨੋਇੰਗ ਜੀਆਂ ਚੀਜ਼ਾਂ ਜਾਂ ਫਿਰ ਜਿਹੜੀ ਕਿ ਉਹ ਇਹਨਾਂ 'ਤੇ ਥੋਪ ਰਹੀ ਹੈ ਜਾਂ ਬੁਰੀ ਤਰ੍ਹਾਂ ਬੋਲਦੀ ਹੈ ਜਾਂ ਰੂਡ ਹੋ ਰਹੀ ਹੈ ਜਾਂ ਕੰਮ ਜਿਹੜਾ ਹੈ ਕਿ ਉਹ ਰਾਦਰ ਦੈਨ ਹੈਲਪ ਕਰਨ ਨੂੰ ਉਹ ਐਸਾ ਕਰ ਦੇਗੀ ਕਿ ਇਹਨਾਂ ਤੋਂ ਨਾ ਹੋਏ, ਉਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਚੀਜ਼ਾਂ ਕਰੀਏ ਉਹਦੇ ਨਾਲ ਫਾਈਟ ਕਰਨ ਵਾਸਤੇ ਉਹ ਐਨਰਜੀ ਜਿਹੜੀ ਹੈ ਉਹ ਬੜੀ ਪ੍ਰੈਸ਼ੀਅਸ ਹੈ, ਉਹ ਲਗਾਉਣਾ ਬੜਾ ਵਰਥਲੈਸ ਹੈ, ਬਟ ਕੀ ਕਰਨ। ਸੋ ਜ਼ਰੂਰ ਗੱਲ ਕਰੋ, ਲੈਟਸ ਸੀ ਕੀ ਕਹਿੰਦੇ ਹੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਫੋਨ ਮਿਲਿਆ, ਪਲੀਜ਼ ਫੋਨ ਵੱਲ ਧਿਆਨ ਦਿਓ, ਦੁਬਾਰਾ ਕਾਲ ਕਰੋ ਪਲੀਜ਼। ਹੈਲੋ, ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ। ਅਰਵਿੰਦ ਕੀ ਹਾਲ ਹੈ? ਬਿਲਕੁਲ ਠੀਕ ਆਂਟੀ ਜੀ, ਥੈਂਕ ਯੂ ਫਾਰ ਕਾਲਿੰਗ। ਦੱਸੋ ਕੀ ਕਹਿੰਦੇ ਹੋ? ਮੈਂ ਕਹਿੰਦੀ ਹਾਂ ਜੀ, ਪਹਿਲੇ ਤਾਂ ਵਿਚਾਰੀ ਆਪਣੇ ਇੰਨੀ ਉਹਨੂੰ ਸੱਟਾਂ ਲੱਗੀਆਂ, ਇੰਨੀ ਕੌਮਾਂ ਤੱਕ ਚਲੀ ਗਈ, ਇੰਨੀ ਬਿਮਾਰ ਰਹੀ। ਹਾਂਜੀ, ਜੇ ਹੁਣ ਵਾਹਿਗੁਰੂ ਦੀ ਮਿਹਰ ਹੋਈ, ਚੱਲ ਵਿਚਾਰੀ ਆਪਣੇ ਆਪ ਜੋਗੀ ਹੋਈ, ਆਪਣੀ ਕਿਰਤ ਕਰਨ ਲੱਗੀ ਹੈ, ਤਾਂ ਪਹਿਲਾਂ ਉਹਨਾਂ ਨੇ ਇੰਨਾ ਚੰਗਾ ਕੀਤਾ, ਉਹਦੀ ਜਗ੍ਹਾ ਤੇ ਅਨਪਲਾਈ ਹੋਰ ਨਹੀਂ ਰੱਖਿਆ, ਚਲੋ ਚੰਗਾ ਹੈ। ਜੇ ਉਹ ਵਿਚਾਰੀ ਹੁਣ ਚਲੀ ਗਈ ਤਾਂ ਉਹਨੂੰ ਇੰਨੀ ਪ੍ਰੋਬਲਮ ਨਹੀਂ ਲੈਣੀ ਚਾਹੀਦੀ ਬੇਟੇ, ਮਤਲਬ ਤਾਂ ਵਿਚਾਰੀ ਠੀਕ ਹੋਈ ਹੈ। ਤੇ ਮੈਂ ਇਹ ਕਹਿੰਦੀ ਪੁੱਛਣੀ ਹੈ ਤੁਹਾਨੂੰ, ਉਹ ਸੁਪਰਵਾਈਜ਼ਰ ਲੇਡੀ ਜਿਹੜੀ ਇਹਨੂੰ ਇੰਨਾ ਉਹ ਕਰਦੀ ਹੈ? ਨਹੀਂ ਨਹੀਂ, ਨਾਲ ਕੋਵਰਕਰ ਹੈ ਜਿਨ੍ਹਾਂ ਨੇ ਸੇਮ ਕੰਮ ਕਰਨਾ ਹੈ, ਇਹਨੇ ਵੀ ਉਹੀ ਕਰਨਾ, ਉਹਨੇ ਵੀ ਉਹੀ ਕਰਨਾ ਹੈ। ਪਰ ਫਿਰ ਵੱਡੇ ਜਿਹੜੇ ਸੁਪਰਵਾਈਜ਼ਰ ਸੁਪਰੀਐਂਟ ਜੋ ਕੋਲ ਨਾਲ ਜਾਂ ਉਹਨਾਂ ਦੇ ਕੋਈ ਹੈ ਬੌਸ, ਉਹਨਾਂ ਨੂੰ ਕਹੇ ਨਾ ਵੀ ਮੈਂ ਤਾਂ ਤਕਲੀਫ 'ਚ ਮਸਾਂ ਨਿਕਲੀ, ਮੈਨੂੰ ਇਹ ਬੜਾ ਹਾਰਡ ਦੇ ਰਹੀ ਹੈ, ਤੁਸੀਂ ਇਹਨੂੰ ਸਮਝਾਓ। ਤਾਂ ਨਹੀਂ ਤਾਂ ਫਿਰ ਜੋਬ ਚੇਂਜ ਕਰ, ਕੱਲ੍ਹ ਨੂੰ ਕੋਈ ਪ੍ਰੋਬਲਮ ਆ ਸਕਦੀ ਬੇਟੇ ਇਸ ਕੰਟਰੀ ਦੇ ਹਿਸਾਬ ਨਾਲ, ਕੋਈ ਐਸਾ ਹੋ ਸਕਦਾ, ਕੋਈ ਝੂਠ ਬੋਲ ਦੇਵੇ ਉਹ ਲੇਡੀ ਜਿਹੜੀ ਇੰਨੀ ਪਿੱਛੇ ਪਈ ਹੋਈ ਹੈ, ਤਾਂ ਲੇਡੀ ਤਾਂ ਫਿਰ ਹੁੰਦੀਆਂ ਵੀ, ਸਾਨੂੰ ਪਤਾ ਹੀ ਹੈ। ਬਾਕੀ ਮੈਂ ਤਾਂ ਇਹ ਕਹਾਂਗੀ, ਪਹਿਲਾਂ ਜਿਹੜੇ ਉਹਨਾਂ ਦੇ ਬੌਸ ਨੇ ਜਾਂ ਓਨਰ, ਉਹਨਾਂ ਦਾ ਕੋਈ ਵੱਡਾ ਅਫਸਰ ਹੈ, ਸੁਪਰਵਾਈਜ਼ਰ ਜਿਹੜਾ ਉਹਨਾਂ ਨੂੰ ਟੇਕ ਕੇਅਰ ਕਰਦਾ ਹੈ, ਉਹਨਾਂ ਕੋਲ ਸਾਰੀ ਪ੍ਰੋਬਲਮ ਜ਼ਰੂਰ ਦੱਸੇ ਕਿ ਮੈਂ ਮਸਾਂ ਠੀਕ ਹੋਈ, ਮੈਨੂੰ ਇਹ ਪ੍ਰੋਬਲਮ ਕਿਉਂ ਦੇ ਰਹੀ ਹੈ, ਮੈਂ ਬਰਾਬਰ ਕੰਮ ਕਰਨ ਵਾਲੀ ਹਾਂ, ਮੈਂ ਕੰਮ ਕਰਕੇ ਆਪਣਾ ਵਰਕ ਕਰਕੇ ਸਭ ਕੁਛ ਕਰ ਰਹੀ ਹਾਂ, ਤੇ ਮੈਂ ਆਪਣੀ ਪੇ ਲੈ ਰਹੀ ਹਾਂ, ਤੇ ਇਹਨੂੰ ਸਮਝਾਓ ਫਿਰ ਵੇਖੋ ਕੀ ਕਰਦੇ ਨੇ। ਠੀਕ ਹੈ, ਬਹੁਤ ਬਹੁਤ ਵਧੀਆ ਆਂਟੀ ਜੀ, ਦੇਖਦੇ ਹਾਂ ਹੋਰ ਕੀ ਕਹਿ ਰਹੇ ਨੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ ਬੰਦਾ ਜਿਆਦਾ ਟਿਕਦਾ ਨਹੀਂ ਹੁੰਦਾ,
ਔਰ ਮੈਂ ਕਈ ਜੌਬ ਤੇ ਉਹ ਅਜ਼ਮਾਇਆ, ਉਹ ਬੰਦੇ ਜਾਂ ਤਾਂ ਫਾਇਰ ਹੋ ਗਏ ਜਾਂ ਉਹ ਛੱਡ ਕੇ ਚਲੇ ਗਏ। ਔਰ ਉਹਦੀ ਗੱਲ ਬਿਲਕੁਲ ਸੱਚੀ ਨਿਕਲੀ, ਥੋੜਾ ਵੇਟ ਕਰ ਲੈ ਮੈਂ ਕਹਾਂਗਾ, ਤੇ ਜੇ ਨਹੀਂ ਫਿਰ ਵੀ ਜਾਂਦੀ ਤੇ ਮੈਂ 15 ਸਾਲ ਦੇ ਵਿੱਚ 32 ਜੌਬਾਂ ਕੀਤੀਆਂ, ਜੌਬਾਂ ਦੀ ਕਮੀ ਨਹੀਂ ਹੈ ਇੱਥੇ ਅਮੈਰੀਕਾ ਦੇ ਵਿੱਚ, ਜੇ ਤੁਹਾਡੇ ਕੋਲ ਸਕਿੱਲ ਹੈ ਤੇ ਮੈਂ 32 ਥਾਵਾਂ ਤੇ ਜੌਬਾਂ ਇਸੇ ਕਰਕੇ ਕੀਤੀਆਂ। ਉਹਦਾ ਇੱਕ ਇਹਨੂੰ ਜੌਬ ਬਦਲੀ ਕਰਨ ਤੇ ਏਦਾਂ ਕਰਨਾ ਚਾਹੀਦਾ ਵੀ ਪਹਿਲਾਂ ਥੋੜੀ ਕੋਈ ਜੌਬ ਪਾਰਟ ਫੁੱਲ ਟਾਈਮ ਤਾਂ ਇਹ ਰੱਖੇ, ਨਾਲ ਥੋੜੀ ਜਿਹੀ ਪਾਰਟ ਟਾਈਮ ਜੌਬ ਰੱਖੇ, ਜੇ ਦੇਖੇ ਵੀ ਪਾਰਟ ਟਾਈਮ ਜੌਬ ਦੇ ਵਿੱਚ ਵਰਕਰ ਵਧੀਆ ਆ ਤੇ ਉਧਰ ਸ਼ਿਫਟ ਕਰ ਜਾਏ, ਇੱਧਰ ਇੱਧਰ ਪਾਰਟ ਟਾਈਮ ਆ ਜਾਏ ਉਧਰ ਫੁੱਲ ਟਾਈਮ ਚਲੀ ਜਾਏ, ਜਾਂ ਫਿਰ ਉਧਰ ਪੂਰਾ ਫੁੱਲ ਟਾਈਮ ਚਲੀ ਜਾਏ। ਜੇ ਇੱਕਦਮ ਜੌਬ ਛੱਡੇਗੀ ਇਹ ਫਾਈਨੈਂਸ਼ੀਅਲੀ ਅਪਸੈਟ ਹੋ ਜਾਏਗੀ। ਸੋ ਪਹਿਲਾਂ ਪਾਰਟ ਟਾਈਮ ਥੋੜੇ ਦਿਨ ਕਰੇ, ਉੱਥੇ ਵਰਕਰਾਂ ਨੂੰ ਦੇਖੇ ਵੀ ਕਿੱਦਾਂ ਦਾ ਬਿਹੇਵੀਅਰ ਹੈ, ਜੇ ਵਧੀਆ ਲੱਗਦਾ ਤਾਂ ਉਧਰ ਚਲੀ ਜਾਏ। ਸੋ ਮੇਰਾ ਇਹੀ ਹੈ ਕਿ ਇਹਨੂੰ ਜੌਬ ਜੇ ਪਹਿਲਾਂ ਤਾਂ ਗੱਲ ਤਾਂ ਉਹ ਰਹੇਗੀ ਨੀ, ਟਿਕੇਗੀ ਨੀ, ਮੈਂ ਚੈਲੰਜ ਕਰਨਾ ਹੈ ਗੱਲ ਦਾ, ਮੇਰਾ ਬਹੁਤ ਐਕਸਪੀਰੀਅੰਸ ਆ। ਉਹੋ ਜਿਹੇ ਬੰਦੇ ਨਹੀਂ ਟਿਕਦੇ, ਨਹੀਂ ਤਾਂ ਫਿਰ ਪਾਰਟ ਟਾਈਮ ਪਹਿਲਾਂ ਲੱਭੇ ਉੱਥੇ ਥੋੜੇ ਦਿਨ ਕਰੇ ਫਿਰ ਉਹਨੂੰ ਫੁੱਲ ਟਾਈਮ ਤੇ ਕਨਵਰਟ ਕਰ ਲੈ। ਥੈਂਕ ਯੂ ਜੀ। ਥੈਂਕ ਯੂ ਗੁਰਦੀਪ ਜੀ। ਸੋ ਇਨ ਅ ਵੇ ਯੂ ਨੋ ਗੁਰਦੀਪ ਜੀ ਦੀ ਇਹੀ ਸਜੈਸ਼ਨ ਹੈ ਕਿ ਸਿਹਤ ਨਾਲੋਂ ਵੱਧ ਕੁਛ ਨਹੀਂ ਹੈ, ਅਸੀਂ ਵਾਕਈ ਕੰਮ ਨੂੰ ਬਹੁਤ ਇੰਪੋਰਟੈਂਸ ਦਿੰਦੇ ਹਾਂ, ਦੇਣੀ ਵੀ ਚਾਹੀਦੀ ਹੈ ਕਿਉਂਕਿ ਉਹਦੇ ਨਾਲ ਹੀ ਕਿਰਤ ਸਾਡੀ ਯੂ ਨੋ ਬਿਲਸ ਪੇ ਕਰਦੀ ਹੈ, ਰੋਜ਼ੀ ਅਸੀਂ ਸੋਚਦੇ ਹਾਂ ਉਹਦੇ ਨਾਲ ਜੁੜੀ ਹੋਈ ਹੈ, ਰਿਜ਼ਕ ਵੀ ਉਹਦੇ ਨਾਲ ਜੁੜਿਆ ਹੋਇਆ, ਪਰਿਵਾਰ ਦਾ ਸਾਰਾ ਜੋ ਨੀਡਸ ਹੈ ਪੂਰੀਆਂ ਹੁੰਦੀਆਂ, ਬਟ ਸਿਹਤ ਨਾਲੋਂ ਫਿਰ ਵੀ ਜ਼ਰੂਰੀ ਨਹੀਂ ਹੈ। ਐਂਡ ਹੂ ਨੋਜ਼ ਬੈਟਰ ਦੈਨ ਹਰ, ਕਿਉਂਕਿ ਇਹ ਤਾਂ ਹੁਣੇ ਸਿਹਤ ਤੋਂ ਐਸਾ ਯੂ ਨੋ ਧੱਕਾ ਲੱਗਿਆ ਔਰ ਉਸ 'ਚੋਂ ਨਿਕਲ ਕੇ ਹਟੇ ਹੈ, ਸੋ ਪਤਾ ਹੈ ਕਿ ਉਸ ਤੋਂ ਉੱਪਰ ਕੁਛ ਨਹੀਂ, ਸਭ ਕੁਛ ਹੁੰਦੇ ਸੁਣਦੇ ਅਗਰ ਸਿਹਤ ਨਹੀਂ ਤਾਂ ਯੂ ਨੋ ਫਿਰ ਬਾਕੀ ਸਾਰਾ ਕੁਛ ਪਿੱਛੇ ਪੈ ਜਾਂਦਾ। ਪਰ ਕਈ ਵਾਰੀ ਜਿਸ ਤਰ੍ਹਾਂ ਅਸੀਂ ਇਸ ਕੰਫਰਟ ਜ਼ੋਨ ਜਾਂ ਇੱਕ ਜੌਬ ਜਿਹੜੀ ਲੱਭੀ ਹੋਈ ਹੈ ਜਿੱਥੋਂ ਹਮੇਸ਼ਾ ਤੋਂ ਕੰਮ ਕਰ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੰਝ ਲੱਗਦਾ ਕਿ ਨਹੀਂ ਇਹ ਨਹੀਂ ਬਦਲੀ ਜਾ ਸਕਦੀ। ਪਰ ਡੈਫੀਨੇਟਲੀ ਜਿਸ ਤਰ੍ਹਾਂ ਗੁਰਦੀਪ ਜੀ ਕਹਿ ਰਹੇ ਨੇ ਕਿ ਦੈਟ ਸ਼ੁੱਡ ਬੀ ਐਨ ਆਪਸ਼ਨ ਕਿ ਤੁਸੀਂ ਦੂਸਰੀ ਜੌਬ ਲੈ ਸਕਦੇ ਹੋ, ਪਰ ਸਿਹਤ ਦੇ ਤੋਂ ਵੱਧ ਹੋਰ ਕੁਛ ਨਹੀਂ ਹੈਗਾ। ਸੋ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਮਨੀ ਜੀ, ਹਾਂਜੀ ਹਾਂਜੀ, ਥੈਂਕ ਯੂ ਫੋਰ ਕਾਲਿੰਗ। ਥੈਂਕ ਯੂ। ਹਾਂਜੀ, ਐਕਚੁਅਲੀ ਹਾਂ ਮੈਂ ਸਿੱਧਾ ਗੱਲ ਤੇ ਆ ਰਹੀ ਹਾਂ। ਹਾਂਜੀ, ਤੇ ਇਸ ਚੀਜ਼ ਇਹ ਹੀ ਹੁੰਦਾ ਹੈ ਕਿ ਯੂ ਟ੍ਰਾਈ ਟੂ ਅੰਡਰਸਟੈਂਡ ਅਦਰ ਪਰਸਨ, ਕਿ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਹਾਂਜੀ, ਨਹੀਂ ਸਮਝ ਆ ਰਹੀ ਹੈ ਕਿ ਜੈਲਸੀ ਹੁੰਦੀ ਹੈ ਯੂਜੂਲੀ, ਰਾਈਟ, ਹੁੰਦਾ ਕਿ ਐਪਰੀਸੀਏਸ਼ਨ ਦੂਸਰੇ ਨੂੰ ਜ਼ਿਆਦਾ ਮਿਲ ਰਹੀ ਹੈ, ਤੁਹਾਨੂੰ ਘੱਟ ਮਿਲ ਰਹੀ ਹੈ ਜਾਂ ਵਟਐਵਰ। ਅਗਰ ਤੇ ਅੰਡਰਸਟੈਂਡ ਕਰ ਸਕਦੇ ਹੋ ਕਿ ਕੀ ਪ੍ਰੋਬਲਮ ਹੈ ਤੇ ਫਿਰ ਤੇ ਸੋਲੂਸ਼ਨ ਹੀ ਮਿਲ ਗਿਆ ਸਮਝੋ। ਅਗਰ ਨਹੀਂ ਸਮਝ ਆ ਰਿਹਾ ਤੇ ਇੱਕ ਤੇ ਹੁੰਦਾ ਕਿ ਓਪੀਨੀਅਨ ਚੇਂਜ ਕਰਨਾ ਹੁੰਦਾ ਹੈ ਦੂਸਰੇ ਬਾਰੇ, ਠੀਕ ਹੈ, ਕਿ ਜਿਹੜੀ ਤੁਹਾਡੀ ਨੈਗੇਟਿਵ ਵਾਈਬਸ ਹੈ ਨਾ ਉਹ ਦੂਸਰੇ ਕੋਲ ਪਹੁੰਚਦੀ ਹੈ। ਤੇ ਅਗਰ ਤੁਸੀਂ ਆਪਣਾ ਪਹਿਲੇ ਤੇ ਤੁਹਾਨੂੰ ਆਪਣਾ ਆਪਣੇ ਅੰਦਰ ਹੀ ਚੇਂਜ ਆਉਣਾ ਪੈਂਦਾ ਹੈ ਕਿ ਯੂ ਹੈਵ ਟੂ ਉਹਨੂੰ ਮਤਲਬ ਕ੍ਰਿਟੀਸਾਈਜ਼ ਨਹੀਂ ਕਰੋ ਕਿਸੇ ਸਾਹਮਣੇ, ਰਾਈਟ, ਡਿਫਰੈਂਟ ਵੇ ਨਾਲ ਸੋਚੋ, ਪਹਿਲੇ ਤੇ ਡਿਫਰੈਂਟ ਵੇ ਨਾਲ ਸੋਚੋ ਉਹਦੇ ਬਾਰੇ ਫੋਰ ਅ ਇਨਸਟੈਂਟ, ਇਟਸ ਹਾਰਡ ਬਟ ਉਹ ਹੀ ਤੁਹਾਡੇ, ਯਾ ਸੌਰੀ, ਜ਼ਰੂਰੀ ਨਹੀਂ ਹੈ ਕਿ ਤੁਹਾਡੇ ਤੁਸੀਂ ਕੁਝ ਕਹਿੰਦੇ ਹੋ ਤਾਂ ਕਿਸੇ ਨੂੰ ਬੁਰਾ ਲੱਗਦਾ ਹੈ। ਅੱਜ ਕੱਲ ਤੇ ਲੋਕ ਇੰਨੇ ਮਤਲਬ ਸੈਂਸਿਟਿਵ ਹੈਗੇ ਹੈ ਕਿ ਤੁਹਾਡੇ ਮਤਲਬ ਦੇ ਕੈਨ ਫੀਲ ਦ ਵਾਈਬਸ, ਰਾਈਟ ਰਾਈਟ, ਤੇ ਉਹਨੂੰ ਤੁਹਾਡੇ ਵੱਲੋਂ ਨੈਗੇਟਿਵ ਵਾਈਬਸ ਨਹੀਂ ਜਾਣੀ ਚਾਹੀਦੀਆਂ ਜੀ। ਤੇ ਪਹਿਲਾ ਤਾਂ ਤਰੀਕਾ ਹੁੰਦਾ ਹੈ ਇੰਟਰਨਲ ਪ੍ਰੋਸੈਸ ਹੈ, ਕੁਝ ਐਕਸਟਰਨਲ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ, ਆਪਣਾ ਰੈਗੂਲਰ ਕੰਮ ਕਰੋ। ਤੇ ਇੰਟਰਨਲੀ ਇਹ ਹੁੰਦਾ ਕਿ ਓਪੀਨੀਅਨ ਚੇਂਜ ਕਰੋ ਅਗਲੇ ਬਾਰੇ ਚ, ਫਿਰ ਅਗਰ ਤੇ ਬਾਹਰਲਾ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ ਤੇ ਬਸ ਪ੍ਰੇਅਰ ਹੀ ਕਰ ਸਕਦੇ ਹੋ ਕਿ ਇਹਦੀ ਜਿਹੜੀ ਨੈਗੇਟਿਵਿਟੀ ਹੈ ਮੇਰੇ ਲਈ ਖਤਮ ਹੋ ਜਾਏ। ਤੇ ਦੋ ਹੀ ਚੀਜ਼ਾਂ ਇੰਟਰਨਲੀ ਕਰਨੀ ਹੈ ਕਿ ਓਪੀਨੀਅਨ ਉਹਦੇ ਲਈ ਉਹਦਾ ਕੁਛ ਨੈਗੇਟਿਵਿਟੀ ਉਹਦੀ ਕਿਸੇ ਨਾਲ ਗੱਲ ਨਾ ਕਰੋ ਤੇ ਨਾ ਹੀ ਆਪ ਆਪਣੇ ਮਨ ਚ ਲਿਆਓ, ਬਸ ਟਰਾਈ ਕਰੋ ਕਿ ਜੋ ਵੀ ਉਹਦੀ ਮੇਰੇ ਨਾਲ ਕੰਫਲਿਕਟ ਹੈ ਰਿਜ਼ੋਲਵ ਹੋ ਜਾਏ। ਇਹਨੂੰ ਅਗਰ ਥੋੜੇ ਦਿਨ ਵੀ ਟਰਾਈ ਕਰਨਗੇ ਇਹਨਾਂ ਨੂੰ ਇੰਸਟੈਂਟ ਚੇਂਜ ਫੀਲ ਹੋਏਗਾ। ਫੀਲ ਹੋਏਗਾ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸੋ ਹੋਰ ਵੀ ਯੂ ਨੋ ਐਨੀਥਿੰਗ ਯੂ ਥਿੰਕ ਅਬਾਊਟ ਜਸਟ ਕਾਲ ਅਸ ਬੈਕ, ਕਿਉਂਕਿ ਜਿਸ ਤਰ੍ਹਾਂ ਯੂ ਨੋ ਬੜਾ ਇੰਪੋਰਟੈਂਟ ਹੈ, ਮਨੀ ਜੀ ਨੇ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਡੂਜ਼ ਐਂਡ ਡੋਂਟਸ, ਇੱਕਦਮ ਮੂਵ ਕਰਨਾ, ਆਪਸ਼ਨ ਜ਼ਰੂਰ ਦਿਮਾਗ 'ਚ ਹੋਏ, ਕਿਉਂਕਿ ਜਦੋਂ ਅਸੀਂ ਸਫ਼ਰ ਕਿਉਂ ਕਰਦੇ ਹਾਂ, ਅਸੀਂ ਸਟ੍ਰੈਸ ਕਿਉਂ ਜਾਂਦੇ ਹਾਂ, ਕੋਈ ਵੀ ਸਿਚੁਏਸ਼ਨ 'ਚ ਹੋਈ ਹੈ ਔਰ ਸਾਨੂੰ ਲੱਗੇ ਕਿ ਮੇਰੇ ਕੋਲ ਤਾਂ ਕੋਈ ਆਪਸ਼ਨ ਹੀ ਨਹੀਂ ਹੈ, ਮੈਂ ਤਾਂ ਇਹ ਮਤਲਬ ਮੈਂ ਘਰ ਨਹੀਂ ਬੈਠ ਸਕਦੀ, ਮੇਰੀ ਫਾਈਨੈਂਸ਼ੀਅਲ ਨੀਡਸ ਹੈ, ਮੈਂ ਮੂਵ ਨਹੀਂ ਕਰ ਸਕਦੀ, ਇਹ ਮੈਂ ਸੋਚਿਆ ਹੀ ਨਹੀਂ ਹੈ, ਮਤਲਬ ਇਹ ਥੋੜ੍ਹੀ ਹੋ ਸਕਦਾ ਕਿ ਹੁਣ ਮੈਂ ਜੌਬ ਛੋੜਦਾ, ਪੋਸੀਬਲ ਨਹੀਂ ਹੈ।
ਸੋ ਉਹ ਆਪਸ਼ਨਸ ਤੁਹਾਨੂੰ ਪਤਾ ਹੋਣੀ, ਉਹਦੀ ਆਪਣੀ ਚੇਤਨ ਚ ਆਪਣੇ ਅਵੇਅਰਨੈਸ ਦੇ ਵਿੱਚ ਉਹ ਹੋਣੀ ਚਾਹੀਦੀ ਵੀ ਉਹ ਵੀ ਮੇਰੇ ਕੋਲ ਆਪਸ਼ਨ ਹੈ, ਕੀ ਹੋ ਜਾਏਗਾ ਵਰਸਟ ਟੂ ਵਰਸਟ, ਕੀ ਹੋ ਜਾਏਗਾ, ਮੈਂ ਜੋਬ ਬਦਲ ਲਾਂਗੀ, ਛੱਡ ਦਾਂਗੀ, ਬਦਲ ਦਾਂਗੀ, ਵਟਐਵਰ। ਬਟ ਉਹ ਇੱਕ ਲਾਸਟ ਰਿਜ਼ੋਰਟ ਹੈ, ਲਾਸਟ ਤੁਹਾਡੇ ਕੋਲ ਆਪਸ਼ਨ ਹੈ। ਪਰ ਉਸ ਤੋਂ ਪਹਿਲੇ ਕਿੰਨੇ ਬੰਦੇ, ਜਿਸ ਤਰ੍ਹਾਂ ਅਸੀਂ ਪਹਿਲੇ ਗੱਲ ਕੀਤੀ, ਹੋਰ ਵੀ ਕੋਈ ਇਸ ਤਰ੍ਹਾਂ ਦਾ ਜਿਹਦੇ ਨਾਲ ਤੁਹਾਨੂੰ ਡੀਲ ਕਰਨੀ ਪੈਂਦੀ ਹੈ, ਤਾਂ ਫਿਰ ਵੀ ਵਰਕ ਸਿਚੁਏਸ਼ਨ ਨੂੰ ਤੁਸੀਂ ਵਰਕ ਛੋੜ ਕੇ ਚਲੇ ਜਾਓਗੇ। ਬਟ ਅਗਰ ਕੋਈ ਐਸਾ ਹੈ ਜਿਹੜਾ ਨਹੀਂ ਹੁੰਦਾ, ਤਾਂ ਉਹ ਜਿਵੇਂ ਮਨੀ ਜੀ ਨੇ ਕਿਹਾ, ਉਹਦੇ ਵਿੱਚ ਡੂਜ਼ ਐਂਡ ਡੋਂਟਸ ਹੈਗੇ ਆ ਕਿ ਬਿਲਕੁਲ ਇੱਕ ਤਾਂ ਨਾ ਜਿਹੜਾ ਬੰਦਾ ਲੋ ਜਾ ਰਿਹਾ ਉਹਦੇ ਨਾਲ ਲੋ ਨਾ ਜਾਓ, ਆਪਣੀ ਉਹ ਜ਼ਰੂਰ ਰੱਖੋ ਕਿ ਬਈ ਅਗਰ ਮਾੜਾ ਬੋਲਦਾ ਤਾਂ ਉਹਦੇ ਨਾਲ ਮਾੜਾ ਨਾ ਬੋਲੋ, ਅਗਰ ਉਹ ਤੁਹਾਡੇ ਨਾਲ ਕੁਛ ਐਸਾ ਕਰ ਰਿਹਾ ਤਾਂ ਉਹ ਕਰੋ ਨਾ, ਤਾਂ ਕਿ ਕੱਲ੍ਹ ਨੂੰ ਤੁਸੀਂ ਆਪਣੇ ਆਪ ਨੂੰ ਕਹਿ ਸਕੋ ਕਿ ਹਾਂ ਮੈਂ ਨਹੀਂ ਕੀਤਾ। ਐਂਡ ਦੈਨ ਡੋਂਟ ਰਿਐਕਟ, ਜਿਹੜੇ ਮਨੀ ਜੀ ਕਹਿ ਰਹੇ ਕਿ ਵਾਈਬਸ ਆਪਣੇ ਵੱਲੋਂ ਹੈ, ਇੰਟਰਨਲ ਪ੍ਰੋਸੈਸ ਹੈ, ਪਰ ਐਕਸਟਰਨਲੀ ਉਹਦੇ ਵਾਸਤੇ ਕੀ ਕਰਨਾ ਹੈ ਕਿ ਤੁਸੀਂ ਉਹਨੂੰ ਫਿਊਲ ਨਾ ਦਿਓ ਕੌਨਫਲਿਕਟਸ ਨੂੰ, ਕਿਉਂਕਿ ਕਈ ਵਾਰੀ ਇਹ ਬੰਦੇ ਅਸੀਂ ਜਰਨਲਾਈਜ਼ ਕਰ ਰਹੇ ਹਾਂ ਕਿਉਂਕਿ ਸਾਨੂੰ ਉਸ ਕੋਵਰਕਰ ਦੇ ਬਾਰੇ ਕੁਛ ਨਹੀਂ ਪਤਾ, ਸ਼ਾਇਦ ਇਹਨਾਂ ਨੂੰ ਵੀ ਪਤਾ ਨਾ ਹੋਏ। ਬਟ ਬਹੁਤ ਵਾਰੀ ਇਹੋ ਜਿਹੇ ਬੰਦੇ ਦੇ ਫੀਡ ਔਨ ਕੌਨਫਲਿਕਟ, ਯੂ ਨੋ, ਕੌਂਟਰੋਵਰਸੀਜ਼, ਗੋਸਿਪ, ਕਿ ਹਾਂ ਕੁਛ ਇੰਝ ਹੋਏਗਾ, ਖਿਜੇਗੀ ਅਤੇ ਕੁਝ ਹੋਰ ਕਰੇਗੀ। ਸੋ ਡੋਂਟ ਗਿਵ ਦੈਮ ਦੈਟ ਫੋਡ, ਉਹ ਉਹਨਾਂ ਦਾ ਖੁਰਾਕ ਹੈ, ਉਹ ਨਾ ਦਿਓ, ਆਪਣੇ ਵੱਲੋਂ ਬਿਲਕੁਲ ਉਹ ਕਰੋ। ਐਂਡ ਦੈਨ ਯੂਲ ਫੀਲ ਸੋ ਗੁੱਡ ਅਬਾਊਟ ਯੋਰ ਸੈਲਫ ਕਿ ਆਈ ਐਮ ਪ੍ਰਾਊਡ ਆਫ ਮਾਈ ਸੈਲਫ ਕਿ ਉਹ ਇੰਝ ਕਰ ਰਹੀ ਸੀ ਪਰ ਮੈਂ ਸ਼ਾਂਤੀ ਨਾਲ, ਮੈਂ ਪਿਆਰ ਨਾਲ ਉਸ ਚੀਜ਼ ਨੂੰ ਨਾ ਅੱਗੇ ਲੰਘੀ। ਸੋ ਦੈਟ ਵਿਲ ਗਿਵ ਯੂ ਮੋਰ ਕੌਨਫੀਡੈਂਸ। ਐਂਡ ਫਿਰ ਜਿਸ ਤਰ੍ਹਾਂ ਮਨੀ ਜੀ ਨੇ ਕਿਹਾ, ਹੋਰ ਜ਼ਿਕਰ ਕਰਦੇ ਹਾਂ ਡੂਜ਼ ਐਂਡ ਡੋਂਟਸ, ਡੋਂਟਸ ਜ਼ਰੂਰ ਤੁਸੀਂ ਵੀ ਦੱਸੋ ਕਿ ਕੀ ਕਰਨਾ ਚਾਹੀਦਾ ਔਰ ਕੀ ਬਿਲਕੁਲ ਨਹੀਂ ਕਰਨਾ ਚਾਹੀਦਾ ਐਸੀ ਸਿਚੁਏਸ਼ਨ 'ਚ। ਲੈਣੀ ਹੈ ਇੱਕ ਛੋਟੀ ਜਿਹੀ ਬ੍ਰੇਕ, ਤੁਸੀਂ ਕਾਲ ਜ਼ਰੂਰ ਕਰੋ। ਸਾਰਾ ਦਾ ਫਿਰ ਸਵਾਗਤ ਹੈ। ਗੱਲ ਹੋ ਰਹੀ ਹੈ ਕਿ ਨੈਗੇਟਿਵਿਟੀ ਜਾਂ ਕੋਈ ਅਨੋਇੰਗ ਜਾਂ ਫਿਰ ਕੋਈ ਖੁੰ ਯੂ ਨੋ ਇੱਕ ਤਰ੍ਹਾਂ ਨਾਲ ਜੈਲਸੀ ਕਰ ਰਿਹਾ, ਖੁੰਦਕ ਕੱਢ ਰਿਹਾ, ਕਿਉਂ ਕੱਢ ਰਿਹਾ ਨਹੀਂ ਪਤਾ, ਯੂ ਨੋ ਅੰਦਰੋਂ। ਉਹ ਵੀ ਇੱਕ ਇੰਪੋਰਟੈਂਟ ਪੁਆਇੰਟ ਹੈ ਕਿ ਜਦ ਤੁਸੀਂ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਇਹੋ ਜਿਹੇ ਬੰਦਿਆਂ ਦੀ ਨਾ ਇੱਕ ਤਰ੍ਹਾਂ ਨਾਲ ਖੁਰਾਕ ਹੈ, ਅਗਰ ਉਹ ਐਟਲੀਸਟ ਐਟ ਦਿਸ ਟਾਈਮ, ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਇਹੋ ਜਿਹੇ ਬੰਦੇ, ਪਰ ਇਸ ਵੇਲੇ ਅਗਰ ਉਹ ਇੰਝ ਕਰ ਰਹੀ ਹੈ ਤਾਂ ਉਹਦੀ ਇਸ ਵੇਲੇ ਖੁਰਾਕ ਹੈ ਕਿ ਕਿਸੇ ਚੀਜ਼ 'ਚ ਇਨਵੋਲਵਡ ਹੋਏ, ਯੂ ਨੋ ਕੋਈ ਕੌਨਫਲਿਕਟਸ, ਕੰਟਰੋਵਰਸੀਜ਼, ਅਤੇ ਡੋਂਟ ਐਡ ਫਿਊਲ ਟੂ ਦਾ ਫਾਇਰ, ਕਿਉਂਕਿ ਇਸ ਵੇਲੇ ਐਨਰਜੀ ਫਿਰ ਰਿਮਾਈਂਡ ਕਰਾਉਂਗੇ ਬੜੀ ਘੱਟ ਹੈ। ਜਿੰਨਾ ਮਰਜ਼ੀ ਤੁਸੀਂ ਕੋਸ ਬੜੇ ਵੱਡੇ ਹਾਦਸੇ ਤੋਂ ਬਾਹਰ ਨਿਕਲ ਆਇਓ, ਪਰ ਐਨਰਜੀ ਉਨੀ ਕੁ ਹੈਗੀ ਹੈ ਜਿੰਨੀ ਕੁ ਤੁਹਾਨੂੰ ਚਾਹੀਦੀ ਹੈ ਕੰਮ ਵਾਸਤੇ, ਘਰ ਵਾਸਤੇ, ਆਪਣੇ ਵਾਸਤੇ। ਸੋ ਇਹਦੇ ਵਿੱਚ ਜਿਹੜਾ ਐਨਰਜੀ ਲੱਗੇਗੀ ਉਹ ਵੇਸਟ ਹੈ। ਸੋ ਯੂ ਨੋ ਅਗਰ ਤੁਸੀਂ ਨਹੀਂ ਕਰਦੇ, ਬੜੀ ਵਾਰੀ ਜਿਹੜਾ ਇਹੋ ਚੀਜ਼ਾਂ ਅਸੀਂ ਉਹਦੇ 'ਚ ਨਹੀਂ ਪੈਂਦੇ, ਕਾਇੰਡ ਆਫ ਇਗਨੋਰ ਕਰਦੇ ਹਾਂ, ਕਾਇੰਡ ਆਫ ਆਪਣੇ 'ਤੇ, ਯੂ ਨੋ ਡੋਂਟ ਲੈਟ ਹਰ ਗੇਟ ਇਨ ਟੂ ਯੋਰ ਸਕਿੰਨ ਕਿ ਬਈ ਹਾਂਜੀ ਅੰਡਰ ਯੋਰ ਸਕਿੰਨ ਕਿ ਉਹ ਤੁਹਾਨੂੰ ਇਫੈਕਟ ਨਾ ਕਰੇ, ਕੋਸ਼ਿਸ਼ ਇਸੇ 'ਚ ਹੀ ਕਰੋ, ਅਤੇ ਉਹ ਵੀ ਕਿੰਨਾ ਕਰ ਲੇਗੀ ਫਰਸਟ੍ਰੇਸ਼ਨ ਔਰ ਉਹਦਾ ਜਿਹੜੀ ਨਾ ਥੱਕ ਜਾਏਗੀ ਉਹ ਕਰਦਿਆਂ, ਇਹ ਵੀ ਇੱਕ ਚੀਜ਼ ਹੈ। ਪਰ ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ, ਕੀ ਕਹਿੰਦੇ ਹੋ, ਕੀ ਕਹਿੰਦੇ ਹੋ ਸੁਦਰਸ਼ਨ ਜੀ? ਮੈਂ ਕਹਿੰਦੀ ਹਾਂ ਕਿ ਹਰ ਜਗ੍ਹਾ ਤੇ ਚੱਲਦਾ, ਹਾਂਜੀ, ਤੁਸੀਂ ਜੌਬ ਕਰੋ, ਕੋਈ ਬੌਸ ਖੜੂਸ ਹੁੰਦਾ ਹੈ, ਬਿਲਕੁਲ, ਵਰਕਰ ਖੜੂਸ ਹੁੰਦੀ ਹੈ, ਰਾਈਟ, ਪਰ ਉਸ ਨੂੰ ਹੈ ਕਿ ਇਹਨਾਂ ਨੂੰ ਅਗਰ ਇਹਨਾਂ ਕੋਲ ਆਪਸ਼ਨ ਹੈ ਕੋਈ ਜੌਬ ਚੇਂਜ ਕਰਨ ਦੀ ਤਾਂ ਕਰ ਲੈਣ, ਕਿਉਂਕਿ ਸਟ੍ਰੈਸ ਦੇ ਵਿੱਚ ਕੰਮ ਕਰਨਾ ਮੁਸ਼ਕਿਲ ਹੁੰਦਾ ਵੇ, ਮੁਸ਼ਕਿਲ ਹੁੰਦਾ। ਦੂਸਰਾ ਇਹ ਕਿ ਦੂਸਰੇ ਨੂੰ ਅੱਛਾ ਬਣਾਉਣ ਵਾਸਤੇ ਸ਼ੀ ਨੀਡਸ ਟੂ ਬੀ ਵੈਰੀ ਪੋਜ਼ਿਟਿਵ, ਵੈਰੀ ਪੋਜ਼ਿਟਿਵ, ਉਹਦੀ ਕਿਸੇ ਗੱਲ ਦੇ ਉੱਤੇ ਕੋਈ ਨੂੰ ਕ੍ਰਿਟੀਸਾਈਜ਼ ਨਾ ਕਰੇ, ਉਹਦੇ ਬਾਰੇ 'ਚ ਕਿਸੇ ਦੇ ਨਾਲ ਕੋਈ ਗੱਲ ਨਾ ਕਰੇ, ਯੈਸ, ਗੁੱਡ ਮਾਰਨਿੰਗ, ਫਾਈਨ, ਕਿਉਂਕਿ ਉਹ ਉਹਦੀ ਬੌਸ ਤਾਂ ਨਹੀਂ ਹੈ ਨਾ, ਤੇ ਕੰਮ ਜਿਹੜਾ ਡਿਵਾਈਡ ਹੁੰਦਾ ਦੋਨਾਂ ਨੇ ਕਰਨਾ ਹੁੰਦਾ ਜੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਬੌਸ ਹੋਵੇ ਤੇ ਬਿਲਕੁਲ ਡਿਫਰੈਂਟ ਮੁਸ਼ਕਿਲ ਹੈ, ਉਹ ਹੋਰ ਤਰ੍ਹਾਂ ਦੀ ਮੁਸ਼ਕਿਲ ਹੋ ਸਕਦੀ ਹੈ, ਪਰ ਇਹ ਕੋ ਵਰਕਰ ਮੁਸ਼ਕਿਲ ਹੈ ਨਾ, ਇਹ ਕੋ ਵਰਕਰ ਹੈ, ਠੀਕ ਹੈ ਨਾ, ਇਹਦੇ ਨਾਲ ਆਪਣਾ ਪੋਜ਼ਿਟਿਵ ਐਟੀਟਿਊਡ ਰੱਖੇ, ਠੀਕ। ਮੈਂ ਤੁਹਾਨੂੰ ਦੱਸਦੀ ਹਾਂ, ਜਿੱਥੇ ਮੈਂ ਕਰਦੀ ਸੀ ਬੈਂਕ ਕੰਮ, ਮੇਰੇ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਕਿਸੇ ਡਿਪਾਰਟਮੈਂਟ 'ਚ ਜਾਣ ਦੀ, ਕਿ ਆਈ ਵਾਜ਼ ਨਾਟ ਦੈਟ ਪ੍ਰੋਫੈਸ਼ਨਲ, ਠੀਕ ਹੈ, ਤੇ ਮੈਂ ਪੈਸੇ ਹੀ ਗਿਣਨੇ ਸਨ, ਰਾਈਟ, ਤੇ ਮੈਨੂੰ ਜਿਸ ਜਗ੍ਹਾ ਸੀ ਉਹ ਕਾਲੀ ਐਸੀ ਖੜੂਸ ਸੀਗੀ, ਉਹਦੀ ਕਿਸੇ ਨਾਲ ਬਣਦੀ ਹੀ ਨਹੀਂ ਸੀ, ਔਰ ਜਿੰਨੀ ਦੇਰ ਮੈਂ ਕੰਮ ਕੀਤਾ ਉਹਦੀ, ਉਹ ਮੇਰੀ ਸਭ ਤੋਂ ਬੈਸਟ ਫਰੈਂਡ ਸੀ, ਕਿਉਂਕਿ ਜੋ ਮੇਰਾ ਐਟੀਟਿਊਡ ਸੀ ਉਹਦੇ ਤੇ ਉਹ ਕਰ ਨਹੀਂ ਪਾਈ ਕੁਛ। ਹਾਂ, ਇਹ ਆਪਣਾ ਐਟੀਟਿਊਡ ਜਿਹੜਾ ਉਹਦੇ ਵੱਲ ਇਤਨਾ ਪੋਜ਼ਿਟਿਵ ਰੱਖੇ, ਇਤਨਾ ਪੋਜ਼ਿਟਿਵ ਰੱਖੇ ਕਿ ਬੜੇ ਬੜੇ ਖੜੂਸ ਸਿੱਧੇ ਹੋ ਜਾਂਦੇ ਨੇ, ਅਗਰ ਉਸ ਦੇ ਵਿੱਚ ਨਹੀਂ ਕਰ ਸਕਦੀ, ਦੈਨ ਸ਼ੀ ਹੈਜ਼ ਏ ਆਪਸ਼ਨ, ਸ਼ੀ ਹੈਜ਼ ਟੂ ਲੁੱਕ ਫਾਰ ਸਮ ਅਦਰ ਜੌਬ। ਜੀ ਬਿਲਕੁਲ ਬਿਲਕੁਲ,
ਯਾ ਨੋ ਦੈਟਸ ਟਰੂ ਕਿ ਯੂ ਨੋ ਇਸ ਸਿਚੁਏਸ਼ਨ ਦੇ ਵਿੱਚ ਆਪਣਾ ਬੈਸਟ, ਕਿਉਂਕਿ ਆਪਣੇ ਤੇ ਅਸਰ ਉਹੀ ਮੈਂ ਬਾਰ ਬਾਰ ਤਾਂ ਸਿੱਖ ਸੋਨਾ ਨਹੀਂ ਕਰਨਾ ਚਾਹੀਦਾ, ਸਟ੍ਰੈਸ ਨਹੀਂ ਪਾਉਣਾ ਚਾਹੀਦਾ ਕਿ ਦੁਨੀਆ 'ਚ ਜੋਬਾਂ ਖਤਮ ਹੋ ਗਈਆਂ ਨੇ, ਐਸੀ ਤਾਂ ਕੋਈ ਗੱਲ ਨਹੀਂ, ਅਗਰ ਉਹਦੇ ਫੀਲਡ ਦੀ ਨਹੀਂ ਮਿਲਦੀ ਤਾਂ ਕੋਈ ਹੋਰ ਕਰ ਲਵੇ, ਕਿਉਂਕਿ ਮਾਇੰਡ ਜਿਹੜਾ ਹੈ ਉਹ ਸਵਸਥ ਰਹਿਣਾ ਚਾਹੀਦਾ, ਸਰੀਰ ਤਾਂ ਸਵਸਥ ਉਹਦਾ ਨਹੀਂ ਹੈ ਲੇਕਿਨ ਮਾਇੰਡ ਨੂੰ ਆਪਣੇ ਨੂੰ ਸਵਸਥ ਰੱਖੇ। ਜੀ ਜੀ ਜੀ, ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਹੋਰ ਦੇਖਦੀ ਹਾਂ ਕੀ ਕਹਿ ਰਹੇ ਨੇ ਸਾਰੇ, ਇਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਫੋਨ ਤੇ ਗੱਲ ਕਰੋ ਸਾਡੇ ਨਾਲ, ਤੁਹਾਡੀ ਆਵਾਜ਼ ਸਾਰਿਆਂ ਨੂੰ ਪਹੁੰਚ ਰਹੀ ਹੈ, ਦੱਸੋ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ, ਦੱਸੋ ਕੀ ਕਹਿੰਦੇ ਹੋ? ਪਲੀਜ਼ ਟੀਵੀ ਤੇ ਨਾ ਵੇਟ ਕਰੋ ਆਪਣੀ ਆਵਾਜ਼ ਸੁਣਨ ਦੀ, ਫੋਨ ਤੇ ਸਾਡੇ ਨਾਲ ਗੱਲ ਕਰੋ। ਹੈਲੋ, ਹੈਲੋ, ਹਾਂਜੀ ਤੁਸੀਂ ਬੋਲੋ ਜੀ, ਤੁਹਾਡੀ ਆਵਾਜ਼ ਸਾਰਿਆਂ ਨੂੰ ਆ ਰਹੀ ਹੈ, ਪਲੀਜ਼ ਫੋਨ ਤੇ ਬੋਲਦੇ ਰਹੋ, ਦੱਸੋ। ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਜੀ ਕਿ ਇਸ ਤਰ੍ਹਾਂ ਦੀ ਜੋਬ ਬੜੀ ਔਖੀ ਹੁੰਦੀ। ਰਾਈਟ, ਸਹੀ ਕਹਿੰਦੇ ਹੋ। ਸੋ ਕੀ ਕਰਨਾ ਚਾਹੀਦਾ ਹੈ? ਹੈਲੋ, ਹਾਂਜੀ ਤੁਹਾਡੀ ਆਵਾਜ਼ ਸਭ ਨੂੰ ਪਹੁੰਚ ਰਹੀ ਹੈ, ਕੀ ਕਰਨਾ ਚਾਹੀਦਾ ਹੈ? ਤੁਸੀਂ ਸਹੀ ਕਹਿ ਰਹੇ ਹੋ। ਹਾਂ, ਇਸ ਤਰ੍ਹਾਂ ਜੋਬ ਕਰਨੀ ਬਹੁਤ ਔਖੀ ਹੈ। ਉਹਦੇ ਨਾਲ ਪਿਆਰ ਨਾਲ ਬੈਠੋ। ਠੀਕ ਹੈ ਠੀਕ ਹੈ, ਸੋ ਪਿਆਰ ਨਾਲ ਕਿਵੇਂ ਬੈਠਣ, ਆਪਣੀ ਵੱਲੋਂ ਪਿਆਰ ਕੋਲ ਬੈਠ ਕੇ ਪਿਆਰ ਨਾਲ ਉਹਦੇ ਨਾਲ ਗੱਲਾਂ ਕਰੋ, ਕਿਉਂਕਿ ਮੈਂ ਵੀ ਜੋਬ ਕੀਤੀ ਹੈ, ਮੇਰੇ ਨਾਲ ਵੀ ਇਦਾਂ ਹੋ ਚੁੱਕਾ ਹੈ। ਅੱਛਾ ਅੱਛਾ, ਫਿਰ ਠੀਕ ਹੋ ਗਿਆ ਸੀ ਉਹਨਾਂ ਦਾ? ਆਫੀਸਰ ਮੈਨੂੰ ਬਹੁਤ ਤੰਗ ਕਰਦਾ ਸੀ ਜੀ। ਠੀਕ ਹੈ, ਮੈਂ ਵੀ ਟੈਨਸ਼ਨ 'ਚ ਰਹਿੰਦੀ ਸੀ ਸਾਰਾ ਦਿਨ। ਫਿਰ ਤੁਸੀਂ ਕੀ ਕੀਤਾ? ਮੈਂ ਫਿਰ ਇੱਕ ਦਿਨ ਆਫੀਸਰ ਨੂੰ ਕਿਹਾ ਤੇ ਉਹਨੂੰ ਬੁਲਾ ਕੇ ਕੋਲ ਬਿਠਾ ਕੇ ਆਫੀਸਰ ਨੇ ਫਿਰ ਗੱਲ ਕੀਤੀ, ਉਹ ਤੋਂ ਬਾਅਦ ਉਹ ਸੁਧਰ ਗਿਆ। ਹਾਂ, ਠੀਕ ਹੋ ਗਿਆ ਜੀ। ਜੀ ਬਿਲਕੁਲ ਬਿਲਕੁਲ, ਥੈਂਕ ਯੂ ਸੋ ਮੱਚ, ਤੁਸੀਂ ਆਪਣੀ ਗੱਲ ਸ਼ੇਅਰ ਕਰਕੇ ਉਹਨਾਂ ਨੂੰ ਸਮਝਾ ਰਹੇ ਹੋ, ਸੋ ਥੈਂਕ ਯੂ ਸੋ ਮੱਚ, ਕਿਉਂਕਿ ਬੜਾ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਦਾ ਕਿ ਪਹਿਲੇ ਸ਼ੁਰੂਆਤ ਕਿ ਕਈ ਵਾਰੀ ਸੋਚ ਅਜ਼ਿਊਮ ਕਰਦੇ ਹਾਂ, ਉਹੀ ਜਿਵੇਂ ਮਨੀ ਜੀ ਨੇ ਵੀ ਕਿਹਾ ਕਿ ਸਾਡੇ ਵੱਲੋਂ ਵੀ ਇਹੀ ਜਾ ਰਹੀ ਹੈ ਕਿ ਹਾਏ ਇੰਜੀ ਹੈ, ਇੰਜੀ ਕਰੀ ਜਾ ਰਹੀ ਹੈ, ਉਹ ਵੱਧਦੀ ਜਾ ਰਹੀ ਹੈ, ਫਿਰ ਉਹ ਐਨਰਜੀ ਇੱਧਰੋਂ ਵੀ ਉਂਜੀ ਜਾ ਰਹੀ ਹੈ, ਉੱਧਰੋਂ ਵੀ ਇੱਧਰ ਆ ਰਹੀ ਹੈ, ਅਤੇ ਉਹ ਬੈਟਰ ਕਿਵੇਂ ਹੋਏਗੀ? ਉਹ ਵਰਸ ਹੀ ਹੋਏਗੀ। ਸੋ ਪਹਿਲੇ ਤਾਂ ਆਪਣੇ ਮਨ ਦੇ ਵਿੱਚ, ਐਂਡ ਇੱਕ ਹੋਰ ਤਰੀਕਾ ਜਿਹੜਾ ਆਪਣੇ ਮਨ 'ਚ ਸਹੀ ਕਰਨ ਦਾ ਇਹ ਵੀ ਹੈ ਕਿ ਜਾਣਨ ਦੀ ਕੋਸ਼ਿਸ਼ ਕਰੀਏ ਕਿ ਪ੍ਰੋਬਲਮ ਕੀ ਹੈ ਉਹਦੀ, ਕਿ ਉਹ ਇਕੱਲੀ ਹੈ, ਕਿ ਉਹ ਘਰੋਂ ਯੂ ਨੋ ਕੁਛ ਦਰ ਇਜ਼ ਲੈਕ ਆਫ ਲਵ ਔਰ ਵਾਟ ਇਜ਼ ਇਟ। ਕਈ ਵਾਰੀ ਕੋਈ ਬੁਲੀ ਕਰਦਾ ਹੈ ਅਤੇ ਅਸੀਂ ਅਗਰ ਕੋਸ਼ਿਸ਼ ਕਰੀਏ ਕਿ ਹਾਂ ਵਾਈ ਯੂ ਡੂਇੰਗ ਲਾਈਕ ਦਿਸ ਯੂ ਨੋ ਐਨ ਉਹਦੇ ਨੂੰ, ਕਿ ਮੈਨੂੰ ਦੱਸ ਕੋਈ ਪ੍ਰੋਬਲਮ ਹੈ, ਸੋ ਮੇ ਬੀ ਸ਼ੀ ਕੈਨ ਯੂਜ਼ ਅ ਫਰੈਂਡ, ਯੂ ਨੋ ਹੋ ਸਕਦਾ ਉਹਨੂੰ ਫਰੈਂਡ ਦੀ ਲੋੜ ਹੋਏ। ਔਰ ਜਿਸ ਤਰ੍ਹਾਂ ਸੁਦਰਸ਼ਨ ਜੀ ਨੇ ਕਿਹਾ ਕਿ ਮੈਂ ਉਹਦੀ ਯੂ ਨੋ ਜਿਹੜੀ ਕਿਸੇ ਨਾਲ ਨਹੀਂ ਬਣਦੀ ਸੀ ਉਹਦੀ ਮੈਂ ਫਰੈਂਡ ਸੀ, ਸੋ ਉਹ ਵੀ ਹੋ ਸਕਦਾ ਕਿ ਤੁਸੀਂ ਉਸ ਤਰ੍ਹਾਂ ਅਗਰ ਆਪਣਾ ਐਟੀਟਿਊਡ ਰੱਖੋਗੇ ਤਾਂ ਉਹ ਜਿਹੜੀ ਵਾਈਬਸ ਹੈ ਉਹ ਠੀਕ ਵਾਲੀਆਂ ਹੀ ਜਾਣਗੀਆਂ, ਕਿ ਮੈਂ ਤੇਰੇ ਬਾਰੇ ਵੀ ਸੋਚ ਰਹੀ ਹਾਂ ਵੀ ਤੈਨੂੰ ਕਿਉਂ ਕਿਉਂ ਤੂੰ ਔਖੀ ਹੈ, ਕਿਉਂਕਿ ਇਸ ਤਰ੍ਹਾਂ ਦਾ ਬੰਦਾ ਖਾਲੀ ਤੁਹਾਨੂੰ ਹੀ ਨਹੀਂ ਔਖਾ ਕਰ ਰਿਹਾ, ਉਹ ਬਾਕੀਆਂ ਨੂੰ ਵੀ ਆਫਿਸ ਵਿੱਚ ਕਰ ਰਿਹਾ ਹੋਏਗਾ ਜ਼ਰੂਰ, ਸੋ ਉਹਦੇ ਨਾਲ ਗੱਲ ਕਰ ਲੈਣੀ, ਸੁਪਰਵਾਈਜ਼ਰ ਨਾਲ ਥੋੜ੍ਹਾ ਜਿਹਾ ਫੀਲਰ ਦੇਣਾ, ਔਰ ਫੀਲਰ ਇਹ ਦੇਣਾ, ਇਹ ਨਹੀਂ ਕਿ ਸ਼ਿਕਾਇਤ ਖਾਲੀ ਕਰ ਰਹੇ ਹੋ, ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਇੰਝ ਕੀ ਹੈ, ਇਹਦੀ ਪ੍ਰੋਬਲਮ ਕੀ ਹੈ, ਕਿ ਇਹਨੂੰ ਕੋਈ ਪਰੇਸ਼ਾਨੀ ਹੈ ਘਰ ਵਿੱਚ, ਕਿ ਮੈਂ ਤਾਂ ਠੀਕ ਠਾਕ ਕਰ ਰਹੀ ਹਾਂ ਫਿਰ ਵੀ ਇੰਝ ਕਰ ਰਹੀ ਹੈ। ਸੋ ਉਹ ਇੱਕ ਵਾਕਈ ਖਾਲੀ ਕਹਿਣ ਦੀ ਗੱਲ ਨਹੀਂ, ਜੈਨੂਇਨਲੀ ਅਗਰ ਤੁਸੀਂ ਚਾਹੋ ਕਿ ਹਾਂ ਬੰਦਾ ਉਹ ਵੀ ਸੁੱਖੀ ਯੂ ਨੋ ਜ਼ਿੰਦਗੀ ਬਿਤਾਏ, ਅਗਰ ਉਸ ਤਰ੍ਹਾਂ ਦੀ ਕਰੋਗੇ ਤਾਂ ਡੈਫੀਨੇਟਲੀ ਮੈਨੂੰ ਲੱਗਦਾ ਹੈ ਕਿ ਵਾਈਬਸ ਜਿਹੜੀਆਂ ਹੈ ਉਹ ਬਦਲਦੀਆਂ, ਔਰ ਉਹ ਐਨਰਜੀ ਜਿਹੜੀ ਹੈ ਉਹ ਬਦਲੇਗੀ। ਔਰ ਜਿਵੇਂ ਸੁਦਰਸ਼ਨ ਜੀ ਨੇ ਕਿਹਾ ਕਿ ਪਹਿਲੇ ਇਹ ਚੀਜ਼ ਕਰਕੇ ਦੇਖ ਲਓ, ਔਰ ਇਹਨਾਂ ਦੀ ਵੀ ਗੱਲ ਸਹੀ ਹੈ ਜਿਨ੍ਹਾਂ ਨੇ ਆਪ ਬੀਤੀ ਦੱਸੀ ਕਿ ਸਟ੍ਰੈਸ ਹੋ ਜਾਂਦਾ, ਬਹੁਤ ਔਖਾ ਇਹੋ ਜਿਹੀ ਜੋਬ ਕਰਨੀ, ਸਾਡੇ ਵਾਸਤੇ ਇੱਥੇ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਆਸਾਨ ਹੈ, ਪਰ ਜਿਹੜਾ ਉਸ 'ਚੋਂ ਲੰਘ ਰਿਹਾ ਹੁੰਦਾ ਉਹਦੇ ਵਾਸਤੇ ਔਖਾ ਬੜਾ ਹੈ, ਪਰ ਆਪਸ਼ਨਸ ਇਹੀ ਹੈ ਕਿ ਜਾਂ ਤਾਂ ਠੀਕ ਕਰ ਲਓ ਆਪਣੇ ਆਪ 'ਤੇ ਅਸਰ ਨਾ ਕਰੋ, ਵਨ ਉਹਨੂੰ ਉਹ ਥੋੜ੍ਹਾ ਫਰਕ ਪੈਣਾ ਲੱਗ ਜਾਏਗਾ, ਐਂਡ ਦੈਨ ਨੋਇੰਗਲੀ ਕਰੋ ਕਿ ਮੇਰੇ ਕੋਲ ਦੂਜੀ ਆਪਸ਼ਨ ਹੈ, ਮੈਂ ਮੂਵ ਔਨ ਕਰ ਸਕਦੀ ਹਾਂ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਸਾਰਿਆਂ ਦਾ ਫਿਰ ਸਵਾਗਤ ਹੈ। ਜ਼ਰੂਰ ਇਹ ਚੀਜ਼ ਬੜੀ ਇੰਪੋਰਟੈਂਟ ਹੈ ਕਿ ਅਸੀਂ ਇਸ ਚੀਜ਼ ਬਾਰੇ ਧਿਆਨ ਦੇਈਏ। ਕਈ ਵਾਰੀ ਜਿਵੇਂ ਉਹ ਕਹਿੰਦੇ ਨੇ ਕਿ ਮੈਂ ਇਹਦੇ ਉਹਦੇ 'ਚੋਂ ਨਿਕਲ ਗਈ, ਹੁਣ ਮੈਨੂੰ ਇਹਦੇ 'ਚ ਪਰੇਸ਼ਾਨੀ ਹੋ ਰਹੀ ਹੈ, ਬਟ
ਦਿਮਾਗ ਦਾ ਕੁਝ ਪਤਾ ਨਹੀਂ। ਜਿਵੇਂ ਮੈਂ ਪਹਿਲੇ ਕਿਹਾ ਕਿ ਕਈ ਵਾਰੀ ਬਹੁਤ ਵੱਡਾ ਜਿਹੜਾ ਹਾਦਸਾ ਹੁੰਦਾ ਨਾ, ਉਹ ਸਾਨੂੰ ਐਸਾ ਕੋਈ ਰੱਬੋਂ ਸਾਡਾ ਸਿਸਟਮ ਕ੍ਰੀਏਟ ਕੀਤਾ ਹੋਇਆ ਵਾਹਿਗੁਰੂ ਨੇ, ਵੀ ਆਰ ਸੋ ਗ੍ਰੇਟਫੁਲ ਅਬਾਊਟ ਇਟ, ਕਿ ਉਹ ਸਾਰਾ ਜਿਹੜਾ ਹੈ ਹਾਰਮੋਨਲ ਸਾਡੇ ਜਿਹੜੇ ਗਲੈਂਡਸ ਹੈਗੇ ਆ ਉਹ ਕੰਮ ਕਰਨ ਲੱਗ ਜਾਂਦੇ ਆ ਐਂਡ ਵੀ ਐਕਟ ਅਕੋਰਡਿੰਗਲੀ, ਅਸੀਂ ਉਸ ਕ੍ਰਾਈਸਿਸ ਨੂੰ ਪਾਰ ਕਰ ਲੈਂਦੇ ਹਾਂ, ਯੂ ਨੋ। ਸੋ ਫਾਈਟ ਔਰ ਫਲਾਈਟ ਰਿਸਪੋਂਸ ਸਾਡਾ ਜਿਹੜਾ ਹੈਗਾ ਇਮੀਡੀਏਟ ਜਿਹੜਾ ਹੈਗਾ ਉਹਦੇ 'ਚ ਅਸੀਂ ਖੁਦ ਵੀ ਹੈਰਾਨ ਹੋ ਜਾਂਦੇ ਹਾਂ ਕਿ ਅਸੀਂ ਇੰਜ ਰਿਐਕਟ ਕੀਤਾ। ਬਟ ਦ ਥਿੰਗ ਇਜ਼ ਕਿ ਹੁਣ ਉਹ ਵੇਅਰੀ ਹੋ ਗਈ, ਮਤਲਬ ਥੋੜ੍ਹਾ ਟਾਇਰਡ ਹੋ ਗਿਆ। ਸੋ ਹੁਣ ਤੁਹਾਡੀ ਵੀ ਸੈਂਸਿਟਿਵਿਟੀ ਹੋ ਸਕਦੀ ਹੈ ਐਂਡ ਰਾਈਟ ਨਾਓ ਉਹ ਕੀ ਕਰ ਰਹੇ ਨੇ, ਉਹ ਕਿਉਂ ਕਰ ਰਹੇ ਨੇ, ਅਗਰ ਥੋੜ੍ਹਾ ਜਿਹਾ ਸ਼ਾਇਦ ਜਾਣਨ ਦੀ ਕੋਸ਼ਿਸ਼ ਕਰੋ, ਹੋ ਸਕਦਾ ਦੈਟ ਵਿਲ ਹੈਲਪ ਹਰ ਐਜ਼ ਵੈਲ ਐਜ਼ ਯੂ। ਐਜ਼ ਵੈਲ ਐਜ਼ ਯੂ ਕਿਉਂ ਕਹਿ ਰਹੇ ਹਾਂ, ਕਿਉਂਕਿ ਜਦੋਂ ਪਤਾ ਲੱਗ ਜਾਏ ਨਾ ਬੰਦਾ ਇੰਝ ਕਿਉਂ ਕਰ ਰਿਹਾ ਤਾਂ ਥੋੜ੍ਹੀ ਨੈਗੇਟਿਵਿਟੀ ਘੱਟ ਜਾਂਦੀ ਹੈ, ਸਿੰਪਥੀ ਵੱਧ ਜਾਂਦੀ ਹੈ ਕਿ ਹਾਂ ਯੂ ਨੋ ਉਹਦਾ ਕਸੂਰ ਨਹੀਂ, ਉਹ ਇੰਝ ਤਾਂ ਕਰ ਰਹੀ ਹੈ ਐਂਡ ਫਿਰ ਉਹੀ ਐਨਰਜੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਉਹ ਜਿਹੜੀ ਤੁਹਾਡੇ ਵੱਲੋਂ ਜਾ ਰਹੀ ਹੈ ਉਹਨਾਂ ਦੀ ਆ ਰਹੀ ਹੈ, ਉਹ ਚੇਂਜ ਹੋ ਜਾਏਗੀ। ਬੜਾ ਇੰਪੋਰਟੈਂਟ ਹੈ ਐਂਡ ਦੇਰ ਆਰ ਅਦਰ ਥਿੰਗਸ ਜਿਵੇਂ ਕਿ ਯੂ ਨੋ ਐਚ ਆਰ ਡਿਪਾਰਟਮੈਂਟ ਹੋਏਗਾ ਜਾਂ ਜੇ ਛੋਟੀ ਫਰਮ ਵੀ ਹੈਗੀ ਹੈ ਐਚ ਆਰ ਡਿਪਾਰਟਮੈਂਟ ਨਹੀਂ ਹੈ, ਕੋਈ ਨਾ ਕੋਈ ਬੰਦਾ ਜ਼ਰੂਰ ਹੋਏਗਾ ਜਿਹੜਾ ਕਿ ਬੰਦਿਆਂ ਦੀ, ਕਿਉਂਕਿ ਹਰ ਆਫਿਸ ਵਿੱਚ ਜਿਹੜਾ ਪੋਲੀਟਿਕਸ ਹੈ ਕਈ ਵਾਰੀ ਬੜਾ ਤੰਗ ਕਰ ਸਕਦਾ ਹੈ ਐਂਡ ਦੈਨ ਇਸ ਤਰ੍ਹਾਂ ਦੀ ਗੱਲਾਂ ਕਿ ਕੋਈ ਬੰਦਾ ਜਿਹੜਾ ਹੈ ਬਿਲਕੁਲ ਹੀ ਤੁਹਾਡੇ ਮਗਰ ਪੈ ਜਾਏ ਜਾਂ ਤੁਹਾਨੂੰ ਪਰੇਸ਼ਾਨ ਕਰੇ, ਸੋ ਉਹਦੀ ਜ਼ਰੂਰ ਸੁਣਵਾਈ ਹੋਏਗੀ। ਤੁਸੀਂ ਇਹ ਯੂ ਨੋ ਅਜ਼ਿਊਮ ਕਰਕੇ ਨਾ ਬੈਠ ਜਾਓ ਕਿ ਸੁਪਰਵਾਈਜ਼ਰ ਨੂੰ ਹਲਕਾ ਕਿਹਾ ਹੈ, ਉਹ ਬੜਾ ਕੰਮ ਜੋ ਬੜਾ ਕਰਦੀ ਹੈ ਅਤੇ ਉਹਨੇ ਤਾਂ ਸੁਣਨੀ ਨਹੀਂ। ਜ਼ਰੂਰ ਇਸ ਤਰ੍ਹਾਂ ਹੋ ਰਿਹਾ ਹੈ, ਉਹਨੂੰ ਕਹਿਣ 'ਚ ਕੋਈ ਹਰਜ਼ ਨਹੀਂ, ਨਾਲ ਕਹਿੰਦੇ ਉਹ ਸਪੋਰਟ ਸਿਸਟਮ ਅੱਛਾ। ਸੋ ਇਹ ਚੀਜ਼ਾਂ ਛੁੱਪੀਆਂ ਨਹੀਂ ਹੁੰਦੀਆਂ, ਉਹਨਾਂ ਦੀ ਇਹ ਵਾਲਾ ਜਿਹੜਾ ਬਿਹੇਵੀਅਰ ਹੈ ਉਹ ਬਾਕੀਆਂ ਨੂੰ ਵੀ ਥੋੜ੍ਹਾ ਪਤਾ ਹੀ ਹੋਏਗਾ। ਸੋ ਡੈਫੀਨੇਟਲੀ ਟੋਕ ਐਂਡ ਯੂ ਵਿਲ ਫੀਲ ਬੈਟਰ। ਬਾਕੀ ਐਚ ਆਰ ਦਾ ਬੰਦਾ ਜਾਂ ਕਿਸੇ ਨੂੰ ਵੀ ਜ਼ਰੂਰ ਆਪਣੀ ਯੂ ਨੋ ਥਰਡ ਪਰਸਨ ਇਨ ਅ ਵੇ, ਤਾਂ ਕਿ ਉਹ ਵੀ ਓਬਜੈਕਟਿਵਲੀ ਦੇਖ ਸਕੇ ਕਿ ਕੀ ਹੋ ਰਿਹਾ, ਕਿਉਂ ਹੋ ਰਿਹਾ ਐਂਡ ਅਲਟੀਮੇਟਲੀ ਨਥਿੰਗ ਇਜ਼ ਮੋਰ ਇੰਪੋਰਟੈਂਟ ਦੈਨ ਯੂਰ ਓਨ ਹੈਲਥ, ਤੁਹਾਡੀ ਆਪਣੀ ਪੀਸ ਆਫ ਮਾਇੰਡ, ਉਸ ਤੋਂ ਜ਼ਿਆਦਾ ਵੱਡਾ ਕੋਈ ਵੀ ਨਹੀਂ। ਭਾਵੇਂ ਤੁਸੀਂ ਇੱਥੇ ਹੀ ਬੈਠ ਕੇ ਉਹ ਚੇਂਜ ਕਰ ਪਾਓ ਜਾਂ ਫਿਰ ਛੋੜ ਕੇ, ਦੈਟ ਇਜ਼ ਮੋਰ ਇੰਪੋਰਟੈਂਟ। ਸੋ ਪ੍ਰਾਇਰਟੀ ਉਹਨੂੰ ਜ਼ਰੂਰ ਰੱਖੋ, ਬਟ ਦੈਨ ਯੂ ਨੋ ਅਕੋਰਡਿੰਗਲੀ ਤੁਸੀਂ ਕਰ ਸਕਦੇ ਹੋ। ਥੈਂਕ ਯੂ ਸੋ ਮੱਚ ਸਾਰਿਆਂ ਨੇ ਜਿਹੜਾ ਸਾਥ ਦਿੱਤਾ, ਕੱਲ੍ਹ ਜ਼ਰੂਰ ਜੁੜਿਓ, ਬੜਾ ਜ਼ਰੂਰੀ ਤੁਹਾਡੇ ਨਾਲ ਸਵਾਲ ਕਰਨਾ ਹੈ। ਅੱਜ ਵਾਸਤੇ ਇੰਨਾ ਹੀ, ਸਤਿ ਸ਼੍ਰੀ ਅਕਾਲ।